ਪੰਜਾਬੀਆਂ ਦੀ ਪ੍ਰਾਇਓਰਿਟੀ ਹੁੰਦੀ ਹੈ ਕਿ ਕੈਨੇਡਾ ਚਾਇਆ ਜਾਏ। ਮੇਰੇ ਕੋਲ ਜੀ ਸਟੂਡੈਂਟਸ ਜਿਹੜੇ ਵੀ ਆਪ ਪੰਜਾਬ ਨੂੰ ਬਿਲੋਂਗ ਕਰਦੇ ਹੋ, ਸੋ ਪੰਜਾਬੀਆਂ ਦੀ ਸਭ ਤੋਂ ਪਹਿਲੀ ਜਿਹੜੀ ਫੇਵਰਿਟ ਕੰਟਰੀ ਹੈਗੀ ਆ ਉਹ ਤਾਂ ਕੈਨੇਡਾ ਹੀ ਹੈਗੀ। ਇਸ ਤੋਂ ਇਲਾਵਾ ਇੰਗਲੈਂਡ ਹੋ ਗਿਆ ਜਾਂ ਹੋਰ ਕਿਹੜੀਆਂ-ਕਿਹੜੀਆਂ ਪ੍ਰਾਇਓਰਿਟੀਆਂ ਰਹਿ ਜਾਂਦੀਆਂ ਨੇ ਜਾਂ ਸਟੂਡੈਂਟਸ ਦਾ ਰੁਝਾਨ ਇਸ ਵਕਤ ਕਿਹੜੇ ਪਾਸੇ ਹੈ? ਜਿਹੜਾ ਬੱਚਾ 1 ਸਤੰਬਰ 2023 ਤੋਂ ਪ੍ਰਾਈਵੇਟ ਕਾਲਜ 'ਚ ਐਨਰੋਲ ਹੋਏਗਾ ਉਹਨੂੰ ਵਰਕ ਪਰਮਿਟ ਨਹੀਂ ਮਿਲੇਗਾ। ਸੇ ਬਾਹਰਲੇ ਮੁਲਕ ਤੇ ਇਹੀ ਕਹਿੰਦੇ ਆ ਕਿ ਜੇ ਬੱਚਾ ਇੰਡੀਆ ਚ ਜਾ ਕੇ ਨਹੀਂ ਪੜਿਆ ਬਾਹਰ ਜਿੱਥੇ ਕੋਈ ਹੈ ਹੀ ਨਹੀਂ ਦੇਖਣ ਵਾਲਾ ਇੱਥੇ ਆ ਕੇ ਕਿਵੇਂ ਪੜ ਲੇਗਾ ਰਾਤਿਕ ਖਬਰ ਚੱਲੀ ਕਿ ਕੈਨੇਡਾ ਦੇ ਵਿੱਚ ਜੋ ਸਟੂਡੈਂਟਸ ਜਾਣਾ ਚਾਹੁੰਦੇ ਨੇ ਅਗਲੇ ਸਾਲ ਤੋਂ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੇਗਾ ਸਟੂਡੈਂਟਸ ਇਸ ਤੋਂ ਲੈ ਕੇ 6.5 ਦੇ ਵਿੱਚ ਨੇ ਸਪਟੰਬਰ 2023 ਤੋਂ ਜਿਹੜਾ ਬੱਚਾ ਉੱਥੇ ਇਨਰੋਲ ਕਰੇਗਾ ਉਹਨੂੰ ਜੇ ਉਹ ਬੱਚਾ ਪ੍ਰਾਈਵੇਟ ਕਾਲਜ 'ਚ ਪੜੂਗਾ ਉਹਨੂੰ ਵਰਕ ਪਰਮਿਟ ਨਹੀਂ ਮਿਲੇਗਾ ਫਿਰ ਕੁਝ ਏਜੰਟਸ ਜਿਹੜਾ ਕਹਿੰਦੇ ਨੇ ਕਿ 100% ਵੀਜ਼ਾ ਮੇਬੀ ਉਹ ਰੱਬ ਹੋਣਗੇ ਜਾਂ ਠੱਗ ਹੋਣਗੇ ਅਸੀਂ ਦੋਵਾਂ ਚ ਕੋਈ ਨਹੀਂ ਹੈਗਾ 31 ਅਗਸਤ 2023 ਤੱਕ ਜੇ ਉਹਤੇ ਪਹੁੰਚ ਕੇ ਬੱਚਾ انرੋਲ ਕਰ ਲੈਂਦਾ ਉਹਨੂੰ ਵਰਕ ਪਰਮਿਟ ਮਿਲਣਾ ਹੀ ਮਿਲਣਾ ਹੈਗਾ ਐਂਡ ਇਹ ਵਾਲਾ ਜਿਹੜਾ ਸਿਸਟਮ ਹੈਗਾ ਪਹਿਲੀ ਸਤੰਬਰ 2023 ਤੋਂ ਲਾਗੂ ਹੋਣ ਜਾ ਰਿਹਾ ਕਿ ਜਿਹੜਾ ਬੱਚਾ ਪ੍ਰਾਈਵੇਟ ਕਾਲਜ 'ਚ ਪੜ੍ਹੂਗਾ ਉਹਨੂੰ ਵਰਕ ਪਰਮਿਟ ਨਹੀਂ ਮਿਲੇਗਾ ਤੁਸੀਂ ਵੀਜ਼ਾ ਕੰਸਲਟੈਂਟਾਂ ਤੋਂ ਬਹੁਤ ਸਾਰੇ ਵੀਜ਼ੇ ਤੁਸੀਂ ਲਗਵਾਏ ਹੋਣੇ ਆ ਅੱਜ ਆਪਾਂ ਗੱਲ ਕਰਦੇ ਕਰ ਰਹੀਆਂ ਤਾਂ ਇਹ ਜਾਨਣਾ ਚਾਹਾਂਗੇ ਕਿ ਸਕਸੈਸ ਰੇਟ ਜਿਹੜੇ ਵੀਜ਼ਾਸ ਤੁਸੀਂ ਲਗਾਉਨੇ ਹੋ ਕਿੰਨਾ ਰਹਿੰਦਾ ਐਜ਼ ਅ ਕੰਸਲਟੈਂਟ ਅਸੀਂ ਕਦੇ ਨਹੀਂ ਕਹਿ ਸਕਦੇ ਕਿ ਤੁਹਾਡੇ ਚਾਂਸਸ 80% 90% ਆ ਉਹ ਉਮੀਦ ਹੈ ਕਿ ਸਾਨੂੰ ਲੱਗਦਾ ਕਿ ਸ਼ਾਇਦ ਇੰਨੇ ਕੇ ਚਾਂਸਸ ਹੈ ਕਿ ਜਿਸ ਦੇ ਨਾਲ ਤੁਹਾਡਾ ਵੀਜ਼ਾ ਲੱਗ ਸਕਦਾ ਪ੍ਰੋਬੈਬਿਲਿਟੀ ਹਾਈ ਹੈ ਹਰ ਇੱਕ ਪ੍ਰੋਫਾਈਲ ਅਕੋਰਡਿੰਗ ਅਸੀਂ ਬੱਚੇ ਨੂੰ ਇਹ ਗਾਈਡ ਕਰਦੇ ਹਾਂ ਬਟ ਸ਼ਿਉਰਟੀ ਗਾਰੰਟੀ ਵਰਡ ਐਗਜ਼ਿਸਟ ਕਰਦਾ ਵੀ ਨਹੀਂ ਕਿਉਂਕਿ ਵੀਜ਼ਾ ਦੇਣਾ ਹਾਈ ਕਮਿਸ਼ਨ ਨੇ ਸਾਡੇ ਕੋਲ ਫਾਈਲ ਦੀ ਪ੍ਰੈਜੈਂਟੇਸ਼ਨ ਹੈ ਜਿਹੜੀ ਅਸੀਂ ਆਪਣੇ ਆਪ ਕਰ ਸਕਦੇ ਹਾਂ ਜੀਆ ਬੱਚੇ ਦੀ ਪ੍ਰੋਫਾਈਲ ਬਣਾ ਕੇ بڑے ਵੱਡੇ ਵੱਡੇ ਕਾਲਜ ਸੀ ਬਹੁਤ ਨਾਮੀ ਕਾਲਜ ਸੀ ਕਿ ਜਿੱਥੇ ਬਹੁਤ ਸਾਰੇ ਬੱਚੇ ਪੜਨਦੇ ਲਈ ਗਏ ਸੀਗੇ ਇਸ ਸਾਲ ਜਦੋਂ ਐਂਟਰ ਕੀਤੇ ਉਹਨਾਂ ਦਸਾਂ ਕਾਲਜਾਂ ਚੋਂ ਤਿੰਨ ਕਾਲਜ ਜਿਹੜੇ ਸੀਗੇ ਉਹਨਾਂ ਨੇ ਆਪਣੇ ਆਪ ਨੂੰ ਬੈਂਕਰਪਟ ਫਾਈਲ ਕਰਤਾ ਭਾਵੇਂ ਪੜ੍ਹੇ ਆ ਭਾਵੇਂ ਨਹੀਂ ਪੜ੍ਹਿਆ ਵੀਜ਼ਾ ਲੱਗਿਆ ਨਹੀਂ ਲੱਗਿਆ ਸਾਡੇ ਕੋਲ ਰੀਫੰਡ ਦਾ ਮੰਗੇ ਸਾਡੇ ਕੋਲ ਪੈਸੇ ਹੀ ਹੈ ਨਹੀਂਗੇ ਅਸੀਂ ਕੰਗਾਲ ਹੋ ਚੁੱਕੇ ਹਾਂ ਇਹ ਉਹ ਪ੍ਰਾਈਵੇਟ ਕਾਲਜ ਸੀਗੇ ਜਿਨ੍ਹਾਂ ਨੇ ਬੈਂਕਰਪਸੀ ਫਾਈਲ ਕਰਤਾ ਇਸ ਕਰਕੇ ਸਰਕਾਰ ਨੇ ਅੱਜ ਨਵੇਂ ਸਟੈਪ ਚੱਕੇ ਨੇ। ਟੜੀ ਟੜੀ ਆਰਗੇਨਾਈਜੇਸ਼ਨ ਦੀ ਗੱਲ ਕਰਦੇ ਹਾਂ ਜਿਸ ਤਰ੍ਹਾਂ ਕਿ ਪਹਿਲਾਂ ਵੀ ਗੱਲ ਕੀਤੀ ਕਿ ਬਹੁਤ ਪੁਰਾਣੀ ਹੈ ਵਿਸ਼ਵਾਸ ਹਲੇ ਤੱਕ ਸਟੂਡੈਂਟਸ ਦਾ ਲੋਕਾਂ ਦਾ ਬਣਿਆ ਹੋਇਆ ਹੈ। ਇਸ ਦੀ ਵਜ੍ਹਾ ਕੀ ਹੈ ਕਿ ਕੋਰਸ ਸਟੂਡੈਂਟਸ ਤੁਹਾਡੇ ਕੋਲ ਔਨ ਤੁਹਾਡੇ ਕੋਲ ਹੀ ਕਿਉਂ ਹੋਣ? ਦੇਖੋ ਜੀ ਜਦੋਂ ਬੱਚਾ ਪੰਜਾਬ ਤੋਂ ਜਾਂਦਾ ਪਿਆ ਨਾ ਜਦੋਂ ਬੱਚਾ ਸਾਡੇ ਕੋਲ ਆਂਦਾ ਪੁੱਛਣ ਵਾਸਤੇ ਸਟੂਡੈਂਟ ਦੀ ਵਰਡਿੰਗ ਇਹ ਹੁੰਦੀ ਹੈ ਕਿ ਸਰ ਸਾਨੂੰ ਕਾਲਜ ਉਹ ਲੈ ਕੇ ਦੋ ਜਿਹੜਾ ਹਫ਼ਤੇ 'ਚ 2 ਜਾਂ 3 ਦਿਨ ਲੱਗੇ। ਸਾਨੂੰ ਕਾਲਜ ਚਾਹੀਦਾ ਜਿਹੜਾ ਘੱਟ ਫੀਸ ਵਾਲਾ ਹੋਵੇ ਸਾਨੂੰ ਕਾਲਜ ਚਾਹੀਦਾ ਜਿਹੜਾ ਖਾਸ ਤੌਰ ਤੇ ਵੀਕਐਂਡ ਤੇ ਕਲਾਸ ਲੱਗੇ ਜਿਸ ਤਰ੍ਹਾਂ ਕਿ ਆਪਾਂ ਗੱਲ ਕੀਤੀ ਕਿ ਨੈਕਸਟ ਈਅਰ ਤੋਂ ਕੈਨੇਡਾ ਦੇ ਲਈ ਵਰਕ ਪਰਮਿਟ ਹੈ ਜਿਹੜਾ ਬੰਦ ਹੋ ਜਾਣਾ ਹੈ ਕਿ ਬਾਕੀ ਕੰਟਰੀਜ਼ ਲਈ ਵੀ ਸਭ ਹੋਏਗਾ ਜਾਂ ਸਿਰਫ ਫਿਲਹਾਲ ਲਈ ਕੈਨੇਡਾ ਦਾ ਹੈ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਭਾਵਨਾ ਲੱਗ ਰਹੀ ਹੈ ਕਿ ਬਾਕੀ ਕੰਟਰੀਜ਼ ਯੂਕੇ ਹੋਗੇ ਜਾਂ ਕੁਝ ਹੋਰ ਕੰਟਰੀਜ਼ ਆਸਟ੍ਰੇਲੀਆ ਵਗੈਰਾ ਹੋ ਗਿਆ ਉਹਦਰ ਵੀ ਇਹ ਚੀਜ਼ਾਂ ਲਾਗੂ ਹੋ ਜਾਣਗੀਆਂ 18 ਸਾਲ ਹੋ ਚੁੱਕੇ ਬੱਚਿਆਂ ਨੂੰ ਬਾਰ-ਬਾਰ ਪੇਜ ਦੇ ਹੋਏ ਓਨ ਸਟੂਡੈਂਟ ਵੀਜ਼ਾ ਉਹ ਕਿ ਐਕਸਪੀਰੀਅੰਸ ਇੱਕ ਨੌਲੇਜ ਹੈ ਡੈਕੇਡਸ ਨਿਕਲ ਚੁੱਕੀ ਹੈਗੀ ਇਸੇ ਕੰਮ ਦੇ ਵਿੱਚ ਐਂਡ ਜਦ ਤੱਕ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਸੀ ਤੁਸੀਂ ਜਿੱਥੋਂ ਫਾਈਲ ਅਪਲਾਈ ਕਰ ਰਹੇ ਹੋ ਉਹ ਬੰਦੇ ਨੂੰ ਨੌਲੇਜ ਕਿੰਨੀ ਹੈ ਐਕਸਪੀਰੀਅੰਸ ਕਿੰਨਾ ਡਿਪੈਂਡ ਉਸ ਚੀਜ਼ ਤੇ ਕਰਦਾ ਤੁਹਾਡੀ ਫਾਈਲ ਦੀ ਪ੍ਰੈਜੈਂਟੇਸ਼ਨ ਕਿਸ ਤਰੀਕੇ ਨਾਲ ਹੋਏਗੀ ਤੁਸੀਂ ਫਾਈਲ ਪ੍ਰੈਜੈਂਟੇਸ਼ਨ ਦੀ ਗੱਲ ਕੀਤੀ ਤੁਸੀਂ ਵੀਜ਼ਾ ਐਕਸਪਰਟ ਹੋ ਫਾਈਲ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ਾਂ ਕਿਹੜੀਆਂ ਹੁੰਦੀਆਂ ਨੇ ਤੇ ਚੀਜ਼ਾਂ ਨੂੰ ਕਿਸ ਤਰ੍ਹਾਂ ਦੇ ਨਾਲ ਰੱਖਣਾ ਚਾਹੀਦਾ ਫਾਈਲ ਦੇ ਅੰਦਰ ਜੇ ਵਾਕੀ ਪ੍ਰੋਗਰੈਸ਼ਨ ਦੇ ਵਿੱਚ ਹੈ कि जो बच्चे ने इथे स्टडी कीती है एंड उदो नेक्स्ट लेवल दे नी बच्चा स्टडी ਕਰਨ ਜਾ ਰਿਹਾ ਐਂਡ ਜੋ ਪਰਨ ਜਾ ਰਿਹਾ ਉਹਨੂੰ ਪੜਨ ਤੋਂ ਬਾਅਦ ਉਹਨੂੰ ਪਤਾ ਮੇਰਾ ਫਿਊਚਰ ਕੀ ਹੈਗਾ ਮੈਨੂੰ ਇਹਦੇ ਬੈਨੀਫਿਟ ਕੀ ਮਿਲਣਗੇ ਵੀਜ਼ਾ ਤਦ ਮਿਲੇਗਾ ਆਪਣੇ ਅਸੀਂ ਸਾਨੂੰ ਇਹ ਬਲੀਵ ਹੁੰਦਾ ਕਿ ਜੇ ਸਾਨੂੰ ਲੱਗੇ ਨਾ ਪ੍ਰੋਫਾਈਲ ਦੇ ਵਿੱਚ ਚਾਂਸਸ ਭਾਵੇਂ 10% ਵੀਜ਼ਾ ਲੱਗੰਦੇ ਆ ਅਸੀਂ ਆਪਣਾ 100% ਉਸ ਕੇਸ ਦੇ ਵਿੱਚ ਲਾ ਦਿੰਨੇ ਆਗੇ ਆਫਰਟਸ ਦੇ ਵਿੱਚ ਕਿ ਸ਼ਾਇਦ ਜੇ ਸਾਨੂੰ ਉਮੀਦ 10% ਦੀ ਆ ਸ਼ਾਇਦ ਵੀਜ਼ਾ ਇਹਦਾ ਆ ਜਵੇ ਤਰ੍ਹਾਂ ਕਿ ਤੁਸੀਂ ਆਪਾਂ ਗੱਲ ਕਰ ਰਹੇ ਹੋ ਵੀਜ਼ਾ ਏਜੰਟ ਦੀ ਗੱਲ ਕਰ ਰਹੇ ਹੋ ਤੁਸੀਂ ਕਹਿੰਦੇ ਕਿ ਸਹੀ ਨੌਲੇਜ ਹੋਣੀ ਚਾਹੀਦੀ ਹੈ ਸਟੂਡੈਂਟਸ ਨੂੰ ਕਿਵੇਂ ਪਤਾ ਚੱਲੇਗਾ ਕਿ ਇਸ ਏਜੰਟ ਦੇ ਕੋਲ ਨੌਲੇਜ ਹੈ ਔਰ ਇਸਦੇ ਕੋਲ ਨਹੀਂ ਹੈ ਇਹ ਸਹੀ ਹੈ ਇਹ ਗਲਤ ਹੈ ਇਸਦੇ ਕੋਲ ਮੈਨੂੰ ਜਾਨਣਾ ਚਾਹੀਦਾ ਹੈ ਔਰ ਇਸ ਬੰਦੇ ਦੇ ਕੋਲ ਮੈਨੂੰ ਨਹੀਂ ਜਾਨਣਾ ਚਾਹੀਦਾ ਮਾਰ ਕੋਦੋ ਖਾਂਦਾ ਬੱਚਾ ਸੁਪਨੇ ਟੁੱਟਦੇ ਉਦੋਂ ਹੈਗੇ ਜਦੋਂ ਆਪਾਂ ਐਕਸਪੈਕਟੇਸ਼ਨ ਨੂੰ ਬਹੁਤ ਜ਼ਿਆਦਾ ਵਧਾ ਲੈਂਦੇ ਹਾਂ ਦੋ ਉਦੋਂ ਹੁੰਦਾ ਜਦੋਂ ਉਮੀਦਾਂ ਟੁੱਟ ਜਾਂਦੀਆਂ ਹਨ ਅਪਾ ਕਹੇਤ ਬੰਦੇ ਕੋ एक्सपेक्टेशंस ਕੀਤੀ ਹੁੰਦੀ ਹੈ ਐਂਡ ਜਦੋਂ ਉਹ ਪੂਰੀ ਨਾ ਹੋਵੇ ਉਦੋਂ ਉਮੀਦ ਬਹੁਤ ਜ਼ਿਆਦਾ ਟੁੱਟਦੀ ਹੈ ਇੱਕ ਚੀਜ਼ ਹੋਰ ਐਡ ਕਰਾਂਗਾ ਕਿ ਕਿਹੜੇ ਬੱਚਿਆਂ ਨੂੰ ਯੂਕੇ ਦਾ ਵੀਜ਼ਾ ਬਿਲਕੁਲ ਵੀ ਅਪਲਾਈ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਨੇ 12ਵੀਂ ਕੀਤੀ ਹੈ ਐਂਡ ਮੈਰਿਡ ਨੇ ਉਹ ਬੱਚੇ ਫੋਲ ਕੇ ਵੀ ਯੂਕੇ ਵਾਲੇ ਬੰਦੇ ਰੋਕਣਾ ਕਰੇ ਕਿਉਂਕਿ ਤੁਸੀਂ ਤਾਂ ਚਲੇ ਜਾਓਗੇ ਬਟ ਜਦੋਂ ਬੱਚਾ ਮੈਰਿਡ ਹੁੰਦਾ ਨਾ ਸੁਪਨਾ ਇਹ ਹੁੰਦਾ ਕਿ ਮੇਰਾ ਸਪਾਊਸ ਵੀ ਮੇਰੇ ਨਾਲ ਆ ਜਾਵੇ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਨਾਲ ਜਸਮੀਤ ਅੱਜ ਕੱਲ ਬਹੁਤ ਸਾਰੇ ਸਟੂਡੈਂਟਸ ਨੇ ਜੋ ਵਿਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਨੇ ਫੋਰਨ ਕੰਟਰੀਜ਼ ਦੇ ਵਿੱਚ ਜਾ ਕੇ ਪੜ੍ਹਨਾ ਚਾਹੁੰਦੇ ਨੇ ਉੱਥੇ ਸੈਟਲ ਹੋ ਜਾਣਾ ਚਾਹੁੰਦੇ ਨੇ ਤੇ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਉੱਥੇ ਜਾ ਕੇ ਵਸ ਚੁੱਕੇ ਨੇ ਬਹੁਤ ਰਾਜੀ ਖੁਸ਼ੀ ਉੱਥੇ ਰਹਿ ਰਹੇ ਨੇ ਤੇ ਹੁਣ ਵੀ ਨੌਜਵਾਨਾਂ ਦਾ ਰੁਝਾਨ ਹੈ ਕਿ ਵਿਦੇਸ਼ਾਂ ਦੇ ਵਿੱਚ ਜਾਇਆ ਜਾਏ ਉੱਥੇ ਜਾ ਕੇ ਪੜ੍ਹਿਆ ਜਾਏ ਤੇ ਉਸ ਤੋਂ ਬਾਅਦ ਸੈਟਲ ਹੋ ਜਾਇਆ ਜਾਏ ਇਸੇ ਬਾਬਤ ਅਸੀਂ ਗੱਲਬਾਤ ਕਰਾਂਗੇ ਤੇ ਨਾਲ ਹੀ तमाम ਮੁਸ਼ਕਲਾਂ ਦੇ ਬਾਰੇ ਵੀ ਚਰਚਾ ਕਰਾਂਗੇ ਸਾਡੇ ਨਾਲ ESS Global Private Limited ਦੇ ਵੀਜ਼ਾ ਐਕਸਪਰਟ ਵਿਕਰਮਜੀਤ ਸਿੰਘ ਮੌਜੂਦ ਨੇ ਕਲਪਤ ਕਰਦੇ ਹਾਂ ਤੇ ਪਹਿਲਾਂ ਸਵਾਗਤ ਕਰ ਲੈਣੇ ਆ ਬਹੁਤ-ਬਹੁਤ ਸਵਾਗਤ ਵਿਕਰਮਜੀਤ ਥੈਂਕ ਯੂ ਜੀ ਡੇਲੀ ਪੋਸਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਤੇ ਮੇਰੀ ਪੂਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਿਕਰਮਜੀਤ ਜੀ ਮੇਰਾ ਪਹਿਲਾ ਹੀ ਸਵਾਲ ਇਹ ਕਿ ਬਹੁਤ ਸਾਰੇ ਸਟੂਡੈਂਟਸ ਨੇ ਜੋ ਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਨੇ ਮੇਨ ਕੰਟਰੀਜ਼ ਜੋ ਸਾਡੀ ਪੰਜਾਬੀਆਂ ਦੀ ਪ੍ਰਾਇਓਰਿਟੀ ਹੁੰਦੀ ਹੈ ਕਿ ਕੈਨੇਡਾ ਜਾਇਆ ਜਾਏ ਇਸ ਤੋਂ ਇਲਾਵਾ ਇੰਗਲੈਂਡ ਹੋ ਗਿਆ ਜਾਂ ਹੋਰ ਕਿਹੜੀਆਂ ਕਿਹੜੀਆਂ ਪ੍ਰਾਇੋਰਟੀਸ ਕਿੱਥੇ ਜਾਂਦੀਆਂ ਨੇ ਜਾਂ ਸਟੂਡੈਂਟਸ ਦਾ ਰੁਝਾਨ ਇਸ ਵਕਤ ਕਿਹੜੇ ਪਾਸੇ ਹੈ ਦੇਖੋ ਜੀ ਸਟੂਡੈਂਟਸ ਜਿਹੜੇ ਵੀ ਆਪ ਪੰਜਾਬ ਨੂੰ ਬਿਲੋਂਗ ਕਰਦੇ ਆਂ ਸੋ ਪੰਜਾਬੀਆਂ ਦੀ ਸਭ ਤੋਂ ਪਹਿਲੀ ਜਿਹੜੀ ਫੇਵਰੇਟ ਕੰਟਰੀ ਹੈਗੀ ਆ ਉਹ ਤਾਂ ਕੈਨੇਡਾ ਹੀ ਹੈਗੀ ਆ ਕਿ ਜੇ ਰੁਝਾਨ ਦੀ ਗੱਲ ਕਰ ਲਾਂ ਇਸ ਟਾਈਮ ਮੇਜੋਰਿਟੀ ਜਿਹੜਾ ਰੁਝਾਨ ਹੈਗਾ ਬੱਚਿਆਂ ਦਾ ਉਹ ਕੈਨੇਡਾ ਵਾਲੇ ਪਾਸੇ ਹੈਗਾ ਉਸ ਤੋਂ ਬਾਅਦ ਦੀ ਗੱਲ ਕਰ ਲਾਂ ਆਸਟ੍ਰੇਲੀਆ ਐਂਡ ਯੂਕੇ ਉਹਨਾਂ ਦੀ ਸੈਕੰਡ ਤੇ ਥਰਡ ਪ੍ਰਾਇੋਰਟੀ ਇਸ ਟਾਈਮ ਬੱਚਿਆਂ ਦੀ ਹੈਗੀ ਹੈ ਜ਼ਿਆਦਾਤਰ ਸਟੂਡੈਂਟਸ ਜਿਵੇਂ ਕਿ ਤੁਸੀਂ ਵੀ ਦੱਸਿਆ ਕਿ ਕੈਨੇਡਾ ਹੀ ਚਾਹੁੰਦੇ ਨੇ ਉਸ ਤੋਂ ਬਾਅਦ ਯੂਕੇ ਉਹਨ ਗ੍ਰਾਤੀ ਖਬਰ ਚੱਲੀ ਕਿ ਕੈਨੇਡਾ ਦੇ ਵਿੱਚ ਜੋ ਸਟੂਡੈਂਟਸ ਜਾਣਾ ਚਾਹੁੰਦੇ ਨੇ ਅਗਲੇ ਸਾਲ ਤੋਂ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੇਗਾ ਸਟੂਡੈਂਟਸ ਇਸ ਤੋਂ ਲੈ ਕੇ 6.5 ਦੇ ਵਿੱਚ ਨੇ ਦੇਖੋ ਜੀ ਰਾਤ ਨੂੰ ਇੱਕ ਨਵੀਂ ਅਪਡੇਟ ਆਈ ਆ ਕੈਨੇਡਾ ਵੱਲੋਂ ਇਹ ਖਬਰ ਜਿਹੜੀ ਆਈ ਆ ਇਹ ਕਿਊਬੈਕ ਗਵਰਨਮੈਂਟ ਵੱਲੋਂ ਆਈ ਹੈਗੀ ਆ ਹੁਣ ਕਿਊਬੈਕ ਗਵਰਨਮੈਂਟ ਇਹ ਕਿਊਬੈਕ ਮੌਂਟਰੀਅਲ ਬਹੁਤ ਵੱਡਾ ਬਹੁਤ ਹੀ ਮਸ਼ਹੂਰ ਪ੍ਰੋਵਿੰਸ ਹੈ ਮਸ਼ਹੂਰ ਸ਼ਹਿਰ ਹੈ ਕੈਨੇਡਾ ਵਿੱਚ ਜਿੱਥੇ ਜਿੰਨੇ ਵੀ ਕਾਲਜ ਹੈ ਭਾਵੇਂ ਉਹ ਸਰਕਾਰੀ ਕਾਲਜ ਹੈ ਭਾਵੇਂ ਉਹ ਗਵਰਨਮੈਂਟ ਫੰਡਡ ਕਾਲਜ ਹੈ ਭਾਵੇਂ ਉਹ ਪ੍ਰਾਈਵੇਟ ਕਾਲਜ ਹੈ ਹੁਣ ਤੱਕ ਜਿੰਨਾ ਬੱਚਾ ਉਥੇ ਪੜਨ ਦੇ ਲਈ ਗਿਆ ਹਰ ਬੱਚੇ ਨੂੰ 2 ਸਾਲ ਦਾ ਕੋਰਸ ਕਰਨ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਮਿਲਦਾ ਸੀਗਾ ਬਟ ਰਾਤ ਨੂੰ ਜਿਹੜੀ ਖਬਰ ਆਈ ਹੈ ਉਹ ਖਬਰ ਇਹ ਹੀ ਆਈ ਹੈ ਕਿ ਜਿਹੜਾ ਬੱਚਾ ਉਥੇ ਹੁਣ ਜਾਏਗਾ ਸਪਟੰਬਰ 2023 ਤੋਂ ਜਿਹੜਾ ਬੱਚਾ ਉਥੇ ਇਨਰੋਲ ਕਰੇਗਾ ਉਹਨੂੰ ਜੇ ਉਹ ਬੱਚਾ ਪ੍ਰਾਈਵੇਟ ਕਾਲਜ 'ਚ ਪੜੂਗਾ ਉਹਨੂੰ ਵਰਕ ਪਰਮਿਟ ਨਹੀਂ ਮਿਲੇਗਾ ਸੋ ਇਟ ਮੀਨਸ ਜਿਹੜੇ ਬੱਚੇ ਉਥੇ ਜਾਂਦੇ ਪਏ ਆ ਪੜਨ ਵਾਸਤੇ 31 ਅਗਸਤ 2023 ਤੱਕ ਜੇ ਉਹ ਬੱਚੇ ਉਥੇ ਪਹੁੰਚ ਗਏ ਪਾਵੇਂ ਉਹ ਸਰਕਾਰੀ ਕਾਲਜ ਹੈ ਪਾਵੇਂ ਉਹ ਪ੍ਰਾਈਵੇਟ ਕਾਲਜ ਹੈ ਪਾਵੇਂ ਉਹ ਗਵਰਨਮੈਂਟ ਫੰਡਡ ਕਾਲਜ ਹੈ 31 ਅਗਸਤ 2023 ਤੱਕ ਜੇ ਉਹਤੇ ਪਹੁੰਚ ਕੇ ਬੱਚਾ ਇਨਰੋਲ ਕਰ ਲੈਂਦਾ ਉਹਨੂੰ ਵਰਕ ਪਰਮਿਟ ਮਿਲਣਾ ਹੀ ਮਿਲਣਾ ਹੈਗਾ ਐਂਡ ਇਹ ਵਾਲਾ ਜਿਹੜਾ ਸਿਸਟਮ ਹੈਗਾ ਪਹਿਲੀ ਸਪਟੰਬਰ 2023 ਤੋਂ ਲਾਗੂ ਹੋਣ ਜਾ ਰਿਹਾ ਕਿ ਜਿਹੜਾ ਬੱਚਾ ਪ੍ਰਾਈਵੇਟ ਕਾਲਜ 'ਚ ਪੜ੍ਹੂਗਾ ਉਹਨੂੰ ਵਰਕ ਪਰਮਿਟ ਨਹੀਂ ਮਿਲੇਗਾ ਅਜੇ ਉਸ ਤੋਂ ਬਾਅਦ ਜੋ ਸਟੂਡੈਂਟਸ ਗਵਰਨਮੈਂਟ ਕਾਲਜਸ ਦੇ ਵਿੱਚ ਜਾਣਗੇ ਉਹਨਾਂ ਲਈ ਇਹ ਚੀਜ਼ ਨਹੀਂ ਹੋਏਗੀ ਜਿਹੜੇ ਬੱਚੇ ਗਵਰਨਮੈਂਟ ਕਾਲਜ ਤੇ ਜਾਣਗੇ ਉਹਨਾਂ ਲਈ ਜੋ ਚੀਜ਼ਾਂ ਅੱਜ ਹੈਗੀਆਂ ਵਰਕ ਪਰਮਿਟ ਉਹ ਉਦੋਂ ਵੀ ਰਹੇਗਾ ਬਟ ਜੇ ਬੱਚਾ ਪ੍ਰਾਈਵੇਟ ਕਾਲਜ ਤੇ ਗਿਆ ਉਹਨੂੰ ਵਰਕ ਪਰਮਿਟ ਨਹੀਂ ਮਿਲਣਾ ਹੁਣ ਜੇ ਮੈਂ ਗੱਲ ਕਰਾਂ ਇਹ ਬੈਕਗ੍ਰਾਉਂਡ ਦੀ ਗੱਲ ਕਰਨਾ ਇਹ ਅਚਾਨਕ ਤਾ ਨਹੀਂ ਹੋਇਆ ਕੱਲ ਖੜੇ ਪੈਰ ਨਿਊਜ਼ ਤਾਂ ਨਹੀਂ ਆ ਗਈ ਇਹਦਾ ਬੇਸ ਤਿਆਰ ਹੋਇਆ ਪਹਿਲਾਂ ਪਿਛਲੇ ਸਾਲ ਦੀ ਗੱਲ ਕਰ ਲਾ ਮੌਂਟਰੀਅਲ ਤੋਂ ਨਿਊਜ਼ ਆਈ ਸੀਗੀ ਦਾ ਸਕੂਲਜ ਸਸਪੈਂਡ ਹੋ ਗਏ ਸੀਗੇ ਬੜੇ ਵੱਡੇ ਵੱਡੇ ਕਾਲਜ ਸੀ ਬਹੁਤ ਨਾਮੀ ਕਾਲਜ ਸੀਗੇ ਜਿੱਥੇ ਬਹੁਤ ਸਾਰੇ ਬੱਚੇ ਪੜਨਦੇ ਲਈ ਗਏ ਸੀਗੇ ਇਸ ਸਾਲ ਜਦੋਂ ਐਂਟਰ ਕੀਤੇ ਉਹਨਾਂ ਦਸਾਂ ਕਾਲਜਾਂ ਚੋਂ ਤਿੰਨ ਕਾਲਜ ਜਿਹੜੇ ਸੀਗੇ ਉਹਨਾਂ ਨੇ ਆਪਣੇ ਆਪ ਨੂੰ ਬੈਂਕਰਪਟ ਫਾਈਲ ਕਰਤਾ ਬੈਂਕਰਪਟ ਕਾਈ ਫਾਈਲ ਕੀ ਕਰਤਾ ਜੀ ਕਿ ਜਿਹੜੇ ਬੱਚੇ ਸਾਡੇ ਕੋਲ ਆ ਗਏ ਐ ਭਾਵੇਂ ਪੜੇ ਐ ਭਾਵੇਂ ਨਹੀਂ ਪੜੇ ਐ ਵੀਜ਼ਾ ਲੱਗਿਆ ਨਹੀਂ ਲੱਗਿਆ ਸਾਡੇ ਕੋਲ ਰੀਫੰਡ ਦਾ ਮੰਗਿਓ ਸਾਡੇ ਕੋਲ ਪੈਸੇ ਹੈ ਨਹੀਂਗੇ ਅਸੀਂ ਕੰਗਾਲ ਹੋ ਚੁੱਕੇ ਹਾਂ ਇਹ ਉਹ ਪ੍ਰਾਈਵੇਟ ਕਾਲਜ ਸੀਗੇ ਜਿਨ੍ਹਾਂ ਨੇ ਬੈਂਕਰਪਸੀ ਫਾਈਲ ਕਰਤੀ ਜਿਸ ਕਰਕੇ ਸਰਕਾਰ ਨੇ ਅਜਾ ਨਵੇਂ ਸਟੈਪ ਚੱਕੇ ਹੋਏ ਆਗੇ ਮਤਲਬ ਅਜਿਹੇ ਦੇ ਵਿੱਚ ਤਾਂ ਜੋ ਵੀਜ਼ਾ ਏਜੰਟਸ ਹੁੰਦੇ ਨੇ ਉਹ ਵੀ ਵਿੱਚ ਉਹਨਾਂ ਦੀ ਵੀ ਸ਼ਮੂਲੀਅਤ ਹੁੰਦੀ ਹੈ ਨਾ ਤੇ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਆਹ ਵਾਲਾ ਕਾਲਜ ਸਹੀ ਹੈ ਆਹ ਵਾਲਾ ਕਾਲਜ ਗਲਤ ਹੈ ਇੱਥੇ ਸਟੂਡੈਂਟਸ ਨੂੰ ਜਾਣਾ ਚਾਹੀਦਾ ਹੈ ਇਸ ਪ੍ਰੋਵਿੰਸ ਦੇ ਵਿੱਚ ਜਾਣਾ ਚਾਹੀਦਾ ਇਸ ਸੈਕਟਰ ਦੇ ਵਿੱਚ ਜਾਣਾ ਚਾਹੀਦਾ ਦੇਖੋ ਜੀ ਜਦੋਂ ਬੱਚਾ ਪੰਜਾਬ ਤੋਂ ਜਾਂਦਾ ਪਿਆ ਨਾ ਜਦੋਂ ਬੱਚਾ ਸਾਡੇ ਕੋਲ ਆਂਦਾ ਪੁੱਛਣ ਵਾਸਤੇ ਸਟੂਡੈਂਟ ਦੀ ਵਰਡਿੰਗ ਇਹ ਹੁੰਦੀ ਹੈ ਕਿ ਸਰ ਸਾਨੂੰ ਕਾਲਜ ਉਹ ਲੈ ਕੇ ਦਿਓ ਜਿਹੜਾ ਹਫਤੇ 'ਚ ਦੋ ਜਾਂ ਤਿੰਨ ਦਿਨ ਲੱਗੇ ਸਾਨੂੰ ਕਾਲਜ ਚਾਹੀਦਾ ਜਿਹੜਾ ਕੱਟ ਫੀਸ ਵਾਲਾ ਹੋਵੇ ਸਾਨੂੰ ਕਾਲਜ ਚਾਹੀਦਾ ਜਿਹੜਾ ਖਾਸ ਕਰਕੇ ਵੀਕ ਐਂਡ ਜਦੋਂ ਬੱਚਾ ਇਹੋ ਜਿਹੀ ਡਿਮਾਂਡਾਂ ਪੂਰੀਆਂ ਕਰਦਾ ਉਹ ਜਿੱਥੇ ਜਿੱਥੇ ਆਪਸ਼ਨ ਮਿਲਦੀ ਆ ਉਹ ਜਿਹੜੇ ਬੰਦੇ ਕੋ ਬੱਚਾ ਗਾਈਡੈਂਸ ਵਾਸਤੇ ਗਿਆ ਉਹ ਜਿਹੜੀ ਆਪਸ਼ਨ ਹੈਗੀ ਉਸ ਟਾਈਮ ਬੱਚੇ ਨੂੰ ਗਾਈਡ ਕਰ ਦਿੰਦਾ ਕਿ ਤੇਰੇ ਵਾਸਤੇ ਆ ਜੋ ਚੀਜ਼ ਤੁਸੀਂ ਮੰਗਦੇ ਪਏ ਹੋ ਆ ਚੀਜ਼ਾਂ ਇੱਥੇ ਜਾ ਕੇ ਪੂਰੀਆਂ ਹੋ ਸਕਦੀਆਂ ਜਿਸ ਤਰ੍ਹਾਂ ਕਿ ਆਪਾਂ ਗੱਲ ਕੀਤੀ ਕਿ ਨੈਕਸਟ ਈਅਰ ਤੋਂ ਕੈਨੇਡਾ ਦੇ ਲਈ ਵਰਕ ਪਰਮਿਟ ਹੈ ਜਿਹੜਾ ਬੰਦ ਹੋ ਜਾਣਾ ਕਿ ਬਾਕੀ ਕੰਟਰੀਜ਼ ਲਈ ਵੀ ਸਭ ਹੋਏਗਾ ਜਾਂ ਸਿਰਫ ਫਿਲਹਾਲ ਲਈ ਕੈਨੇਡਾ ਦਾ ਹੈ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਭਾਵਨਾ ਲੱਗ ਰਹੀ ਹੈ ਕਿ ਬਾਕੀ ਕੰਟਰੀਜ਼ ਯੂਕੇ ਹੋਗੇ ਜਾਂ ਕੁਝ ਹੋਰ ਕੰਟਰੀਜ਼ ਆਸਟ੍ਰੇਲੀ ਥੋੜਾ ਜਿਹਾ ਕਰੈਕਟ ਕਰੈਕਟ ਕਰਾਂਗੇ ਤੇ ਵਰਕ ਪਰਮਿਟ ਬੰਦ ਨਹੀਂ ਹੋ ਰਿਹਾ ਵਰਕ ਪਰਮਿਟ ਕੈਨੇਡਾ ਗਵਰਨਮੈਂਟ ਵਿੱਚ ਜੇ ਜੇ ਲਾਜ਼ ਦੀ ਗੱਲ ਕਰ ਲਾਂ ਬੱਚਾ 1 ਸਾਲ ਉੱਥੇ ਪੜਦਾ ਉਹਨੂੰ 1 ਸਾਲ ਦਾ ਵਰਕ ਪਰਮਿਟ ਮਿਲਦਾ ਜੇ ਬੱਚਾ 2 ਸਾਲ ਪੜਦਾ ਉਹਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ ਜਿਹੜਾ ਰਾਤ ਨੂੰ ਅਪਡੇਟ ਆਇਆ ਇਹ ਸਿਰਫ ਕਯੂਬਿਕ ਗਵਰਨਮੈਂਟ ਵੱਲੋਂ ਅਪਡੇਟ ਆਇਆ ਕਿ ਜਿਹੜਾ ਬੱਚਾ ਇਥੇ ਪਬਲਿਕ ਕਾਲਜ ਵਿੱਚ ਪੜ੍ਹੇਗਾ ਜਾਂ ਫਿਰ ਗਵਰਨਮੈਂਟ ਫੰਡਡ ਕਾਲਜ ਵਿੱਚ ਪੜ੍ਹੇਗਾ ਉਹਨਾਂ ਨੂੰ ਵਰਕ ਪਰਮਿਟ ਮਿਲੇਗਾ ਜਿਹੜਾ ਬੱਚਾ 1 ਸਤੰਬਰ 2023 ਤੋਂ ਪ੍ਰਾਈਵੇਟ ਕਾਲਜ ਚ ਐਨਰੋਲ ਹੋਏਗਾ ਉਹਨੂੰ ਵਰਕ ਪਰਮਿਟ ਨਹੀਂ ਮਿਲੇਗਾ ਐਂਡ ਇਹ ਲਾਅ ਜਿਹੜਾ ਹੈਗਾ ਵਾ ਕਿਊਬੇਕ ਗਵਰਨਮੈਂਟ ਵਾਲਾ ਇਹ ਬਾਕੀ ਪ੍ਰੋਵਿੰਸਸੇਸ ਤੇ ਆਲਰੇਡੀ ਚੱਲਦਾ ਪਿਆ ਜਿਵੇਂ ਮੈਂ ਗੱਲ ਕਰ ਲਾਂ 온ਟਾਰੀਓ ਦੀ ਜਾਂ ਬਰਿਟਿਸ਼ ਕੋਲੰਬੀਆ ਦੀ ਜਾਂ ਐਲਬਰਟਾ ਦੀ ਜਾਂ ਜਿਹੜੀ ਮਰਜ਼ੀ ਪ੍ਰੋਵਿੰਸ ਦੀ ਗੱਲ ਕਰਨਾ ਉੱਥੇ ਜਿਹੜੇ ਬੱਚੇ ਪਬਲਿਕ ਕਾਲਜ ਚ ਪੜਦੇ ਆ ਵਰਕ ਪਰਮਿਟ ਸਿਰਫ ਉਹਨਾਂ ਨੂੰ ਹੀ ਮਿਲਦਾ ਜਾਂ ਜਿਹੜੇ ਬੱਚੇ ਗਵਰਨਮੈਂਟ ਫੰਡਡ ਕਾਲਜ ਚ ਪੜਦੇ ਆ ਵਰਕ ਪਰਮਿਟ ਸਿਰਫ ਉਹਨਾਂ ਨੂੰ ਹੀ ਮਿਲਦਾ ਪ੍ਰਾਈਵੇਟ ਕਾਲਜ ਵਾਲੇ ਬੱਚਿਆਂ ਨੂੰ ਇਹਨਾਂ ਪ੍ਰੋਵਿੰਸਸੇਸ ਤੇ ਵਰਕ ਪਰਮਿਟ ਜਿਸ ਤਰ੍ਹਾਂ ਕਿ ਆਪਾਂ ਪ੍ਰੋਵਿੰਸਸ ਦੀ ਗੱਲ ਕਰ ਰਹੇ ਹਾਂ ਇੱਥੋਂ ਜਾਣ ਤੋਂ ਪਹਿਲਾਂ ਸਟੂਡੈਂਟਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਨੇ ਕੀ ਕਰਨਾ ਬਹੁਤ ਸਾਰੇ ਸਟੂਡੈਂਟਸ ਕਲੀਅਰ ਵੀ ਹੁੰਦੇ ਨੇ ਕਿ ਅਸੀਂ ਜੀ ਉੱਥੇ ਜਾ ਕੇ ਆਹ ਵਾਲਾ ਕੋਰਸ ਕਰਨਾ ਤੇ ਸਾਡੇ ਫੋਕਸ ਸਾਡੇ ਟਾਰਗੇਟਸ ਇਹ ਨੇ ਕਿ ਇਹ ਅਜਿਹਾ ਦੱਸਣਾ ਫਿਰ ਜ਼ਰੂਰੀ ਬਣ ਜਾਂਦਾ ਹੈ ਕਿ ਕਿਹੜਾ ਸੈਕਟਰ ਹੈ ਉੱਥੇ ਕਿਹੜਾ ਪ੍ਰੋਵਿੰਸ ਹੈ ਕਿਹੜਾ ਸੈਕਟਰ ਸਟੂਡੈਂਟਸ ਨੂੰ ਸੇਮ ਚੀਜ਼ ਦੇ ਪਾਏਗਾ ਜੋ ਉਸਦੇ ਲਈ ਬੈਨੀਫਿਟ ਹੋਏਗੀ ਦੇਖੋ ਜੀ ਜਿਹੜੇ ਬੱਚੇ ਨੇ ਬਾਹਰ ਪੜਨ ਦੇ ਲਈ ਜਾਣਾ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਇਹ ਤੁਹਾਡੀ ਆਪਣੀ ਲਾਈਫ ਹੈ ਤੁਹਾਡਾ ਆਪਣਾ ਫਿਊਚਰ ਐਂਡ ਤੁਹਾਡਾ ਆਪਣਾ ਕੈਰੀਅਰ ਹੈ ਐਂਡ ਤੁਸੀਂ ਆਪਣੇ ਫਿਊਚਰ ਕੈਰੀਅਰ ਦੇ ਲਈ ਆਪ ਰਿਸਪੌਂਸੀਬਲ ਹੈਗੇ ਹੋ ਜਿਹੜਾ ਬੱਚਾ ਇਥੋਂ ਪੜਨ ਦੇ ਲਈ ਜਾ ਰਿਹਾ ਉਹਨੇ 12ਵੀਂ ਵੀ ਕੀਤੀ ਹੈ ਗ੍ਰੈਜੂਏਸ਼ਨ ਵੀ ਕੀਤੀ ਹੈ ਆਇਲਸ ਵੀ ਕੀਤੀ ਹੈ ਐਂਡ ਕੈਨੇਡਾ ਦੇ ਰਿਕੁਆਇਰਮੈਂਟ ਆਇਲ 6 ਬੈਂਡ ਈਚ ਦੀ ਹੈਗੀ ਹੈ ਸੋ ਆਪਾਂ ਅਸਿਊਮ ਕਰੀਦਾ ਕਿ ਜਿਹੜੇ ਬੱਚੇ ਨੇ ਆਇਲਸ ਕੀਤੀ 6 ਬੈਂਡ ਈਚ ਆ ਜਾਂ ਮਿਨਿਮਮ 12ਵੀਂ ਕੀਤੀ ਹੈ ਉਹ ਬੱਚੇ ਨੂੰ ਇੰਨਾ ਕਦੇ ਪਤਾ ਕਿ ਉਹਦੇ ਫਿਊਚਰ ਲਈ ਕੀ ਵਧੀਆ ਤੇ ਕੀ ਮਾੜਾ ਜੇ ਮੈਨੂੰ ਕੋਈ ਬੰਦਾ ਗਾਈਡ ਕਰਦਾ ਪਿਆ ਐਂਡ ਮੈਨੂੰ ਅੰਦਰੋਂ ਪਤਾ कि शायद ये मेरे वास्ते बेनिफिशियल नहीं हैगा एंड तदवी में ओदी हां छे हां मिला के ओदे कोल अपनी लाइफ अपना केस देना पया देन कसूरवार त मैं आप ही हैगा हम जिस तरह के ਤੁਸੀਂ ਗੱਲ ਕਰ ਰਹੇ ਹੋ ਕਿ ਜੇ ਕਿਸੇ ਸਟੂਡੈਂਟ ਨੇ 12th ਸਟੈਂਡਰਡ ਕੀਤੀ ਹੋਈ ਹੈ ਉਹਨੂੰ 6 ਬੈਂਡ ਹੀ ਚਾਹੀਦੇ ਨੇ ਉਸ ਤੋਂ ਬਅਵ ਜੇ ਕਿਸ ਨੇ ਗ੍ਰੈਜੂਏਸ਼ਨ ਲਈ ਜਾਂ ਪੋਸਟ ਗ੍ਰੈਜੂਏਸ਼ਨ ਲਈ ਜਾਣਾ ਹੋਵੇ ਤੇ ਉਸਦੇ ਲਈ ਵੀ ਬੈਂਡ ਰਿਕੁਆਇਰਮੈਂਟ ਸੇਮ ਹੀ ਰਹਿੰਦੀ ਹੈ ਜੇ ਕਿਸੇ ਨੇ 12ਵੀਂ ਕੀਤੀ ਹੈ ਉਹਨੂੰ 6 ਬੈਂਡ ਈਚ ਚਾਹੀਦੇ ਆ ਜੇ ਕਿਸੇ ਨੇ ਗ੍ਰੈਜੂਏਸ਼ਨ ਕੀਤੀ ਹੈ ਮਾਸਟਰਸ ਕੀਤੀ ਹੈ ਫਰਦਰ ਉਹਨੇ ਪੋਸਟ ਗ੍ਰੈਜੂਏਟ ਡਿਪਲੋਮਾ ਲੀ ਕੈਨੇਡਾ ਜਾਣਾ 6.5 ਓਵਰਆਲ ਐਂਡ 6 ਬੈਂਡ ਈਚ ਚਾਹੀਦੇ ਆਗੇ ਇਸ ਤੋਂ ਬਾਅਦ ਕੀ ਏਜ ਫੈਕਟਰ ਵੀ ਕੰਮ ਕਰਦਾ ਜੇ ਕਿਸ ਦਾ ਗੈਪ ਹੈ ਗੈਪ ਉਸਨੇ ਕੰਪਲੀਟ ਕੀਤਾ ਹੋਇਆ ਕੁਝ ਹੋਰ ਚੀਜ਼ਾਂ ਉਸਨੇ ਵਿਚਕਾਰ ਦੀ ਕਰ ਲਈ ਮੰਨ ਲਓ ਕਿ +2 ਕਰ ਲਈ ਉਸ ਤੋਂ ਬਾਅਦ ਉਸਨੇ ਕਿਸੇ ਸਟੂਡੈਂਟ ਨੇ ਨਰਸਿੰਗ ਕਰ ਲਈ ਉਸ ਦਾ ਨਰਸਿੰਗ ਦੇ ਵਿੱਚ ਮਨ ਨਹੀਂ ਲੱਗਿਆ ਉਹ ਦੁਬਾਰਾ ਗ੍ਰੈਜੂਏਸ਼ਨ ਕਰਨੀ ਚਾਹੁੰਦਾ ਉਹ 3 ਇਅਰਸ ਕਵਰ ਹੋਣਗੇ ਕਿਸੇ ਹਿਸਾਬ ਨਾਲ ਜਾਂ ਫਿਰ ਕਿਸੇ ਹੋ ਜਦੋਂ ਬੱਚੇ ਨੇ ਤੇ 12ਵੀਂ ਕਰਕੇ ਕਿਸੇ ਕੋਰਸ 'ਚ ਐਡਮਿਸ਼ਨ ਲਿਆ ਐਂਡ ਜੋ ਐਡਮਿਸ਼ਨ ਡ੍ਰੌਪ ਆਊਟ ਕਰਕੇ ਉਹ ਬੱਚਾ ਕਹਿੰਦਾ ਫਰਦਰ ਬਾਹਰ ਜਾਣਾ ਮੈਂ ਕਿਸੇ ਹੋਰ ਕੋਰਸ ਵਾਸਤੇ ਉਹ ਬੱਚਾ ਨੌਨ ਜੀਟੀ ਬਣ ਜਾਂਦਾ ਕਿ ਉਹਦਾ ਉਹ ਗੈਪ ਕੰਸੀਡਰ ਹੋ ਜਾਏਗਾ ਫਰਬਾਰਦੀ ਯੂਨੀਵਰਸਿਟੀਜ਼ ਕਾਲਜ ਜਾਂ ਸਰਕਾਰ ਨੇ ਇਹ ਕਹਿਣਾ ਕਿ ਜਿਹੜਾ ਬੱਚਾ ਇੰਡੀਆ ਵਿੱਚ ਚੱਜਣਾ ਨਹੀਂ ਪੜਿਆ ਇੰਡੀਆ ਵਿੱਚ ਪੇਰੈਂਟਸ ਸਿਰ ਤੇ ਬੈਠੇ ਹੁੰਦੇ ਆ ਮਾਂ ਵੀ ਉਹਦੇ ਡਰ ਹੁੰਦਾ ਪੰਜਾਬੀ 'ਚ ਕਹਿ ਲਈਏ ਪੇਰੈਂਟਸ ਦਾ ਛੱਤਰ ਸਿਰ ਤੇ ਹੁੰਦਾ ਰਿਸ਼ਤੇਦਾਰ ਸਿਰ ਤੇ ਬੈਠੇ ਹੁੰਦੇ ਆ ਉਹਨਾਂ ਦਾ ਉਹ ਵੀ ਹੁੰਦਾ ਲਾੰਮੇ ਵੀ ਆਂਦੇ ਆ ਕਿ પાસ ਨਹੀਂ ਕੀਤਾ ਨੰਬਰ ਘਟ ਆਇਆ ਐਂਡ ਪੇਰੈਂਟਸ ਦਾ ਜਿਹੱਛੇਤਰ ਦਾ ਡਰ ਵੀ ਹੈਗਾ ਐਂਡ ਰਿਸ਼ਤੇਦਾਰਾਂ ਦੇ ਲਾਮੇ ਵੀ ਹੈਗੇ ਆ ਐਂਡ ਜੇ ਉਹਨਾਂ ਦੇ باوجود ਬੱਚਾ ਇੱਥੇ ਚਾਜਿੰਦਾ ਨਹੀਂ ਪੜਿਆ ਡ੍ਰੌਪ ਕਰ ਗਿਆ ਜਾਂ ਫੇਲ ਹੋ ਗਿਆ ਤੇ ਬਾਹਰਲੇ ਮੁਲਕ ਤੇ ਇਹੀ ਕਹਿੰਦੇ ਆ ਕਿ ਜੇ ਬੱਚਾ ਇੰਡੀਆ ਚਾਜਿੰਦਾ ਨਹੀਂ ਪੜਿਆ ਬਾਹਰ ਜਿੱਥੇ ਕੋਈ ਹੈ ਹੀ ਨਹੀਂ ਦੇਖਣ ਵਾਲਾ ਇੱਥੇ ਆ ਕੇ ਕਿਵੇਂ ਪੜ ਲੇਗਾ ਮਤਲਬ ਫਿਰ ਉਸ ਸਟੂਡੈਂਟਸ ਦੇ ਲਈ ਦੇ ਦਰਵਾਜ਼ੇ ਖੁੱਲੇ ਰਹਿੰਦੇ ਨੇ ਜਾਂ ਫਿਰ ਬੰਦ ਹੁੰਦੇ ਨੇ ਜਵਾਬ yes no ਦੋਵਾਂ 'ਚ ਹੈਗਾ ਦਰਵਾਜੇ ਖੁੱਲੇ ਵੀ ਰਹਿੰਦੇ ਆ ਐਂਡ ਬੰਦ ਵੀ ਰਹਿੰਦੇ ਆ ਬਟ ਡਿਪੈਂਡ ਬੱਚੇ ਦੀ ਫਾਈਲ ਦੀ ਪ੍ਰੈਜੈਂਟੇਸ਼ਨ ਕਿਸ ਤਰੀਕੇ ਨਾਲ ਹੋ ਰਹੀ ਹੈ ਇਹ ਸਿਆਣਪ ਹੈਗੀ ਆ ਜਿਹੜੇ ਬੰਦਾ ਜਿਹੜਾ ਬੱਚਾ ਉਹ ਜਿਹੜੇ ਕੰਸਲਟੈਂਟ ਕੋ ਅਪਲਾਈ ਕਰਦਾ ਪਿਆ ਉਹਦੀ ਆਪਣੀ ਆਪਣੀ ਸਮਝ ਹੈ ਉਹਦੀ ਆਪਣੀ ਆਪਣੀ ਸਿਆਣਪ ਹੈਗੀ ਐਂਡ ਉਹਦਾ ਆਪਣਾ ਐਕਸਪੀਰੀਅੰਸ ਹੈਗਾ ਕਿ ਉਹਨੂੰ ਤਜਰਬਾ ਕਿੰਨੇ ਚਿਰ ਦਾ ਹੋ ਗਿਆ ਕੰਮ ਕਰਦੇ ਨੂੰ ਉਹਦੀ ਐਕਸਪੀਰੀਅੰਸ ਕਿੰਨਾ ਹੈਗਾ ਨੌਲੇਜ ਕਿੰਨੀ ਹੈਗੀ ਆ ਕਿ ਕਿਸ ਤਰੀਕੇ ਨਾਲ ਫਾਈਲ ਨੂੰ ਅੱਗੇ ਪ੍ਰੈਜੈਂਟ ਕਰੇਗਾ ਤੁਸੀਂ ਫਾਈਲ ਪ੍ਰੈਜੈਂਟੇਸ਼ਨ ਦੀ ਗੱਲ ਕੀਤੀ ਤੁਸੀਂ ਵੀਜ਼ਾ ਐਕਸਪਰਟ ਹੋ ਫਾਈਲ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ਾਂ ਕਿਹੜੀਆਂ ਹੁੰਦੀਆਂ ਨੇ ਤੇ ਚੀਜ਼ਾਂ ਨੂੰ ਕਿਸ ਤਰ੍ਹਾਂ ਦੇ ਨਾਲ ਰੱਖਣਾ ਚਾਹੀਦਾ ਫਾਈਲ ਦੇ ਅੰਦਰ ਭਾਵੇਂ ਅਪਲਾਈ ਕਰੋ ਕੈਨੇਡਾ ਭਾਵੇਂ ਕਰੋ ਆਸਟ੍ਰੇਲੀਆ ਭਾਵੇਂ ਕਰੋ ਯੂਕੇ ਵੀਜ਼ਾ ਤਿੰਨ ਚੀਜ਼ਾਂ ਦੇ ਉੱਪਰ ਆਂਦਾ ਬੱਚੇ ਦੀ ਅਕਾਦਮਿਕ ਪ੍ਰੋਫਾਈਲ ਕੀ ਹੈਗੀ ਹੈ ਬੱਚੇ ਦਾ ਆਇਲ ਸਕੋਰ ਕੀ ਹੈ ਐਂਡ ਸਭ ਤੋਂ ਮੇਜਰ ਬੱਚਾ ਕਿਹੜੇ ਕੋਰਸ ਲਈ ਚੱਲਿਆ ਕਿ ਜੋ ਉਹਦੀ ਅਕਾਦਮਿਕ ਪ੍ਰੋਫਾਈਲ ਆ ਐਂਡ ਫਰਦਰ ਜਿਹੜਾ ਕੋਰਸ ਲੈ ਕੇ ਬੱਚਾ ਚੱਲਿਆ ਜੇ ਵਾਕਈ ਪ੍ਰੋਗਰੈਸ਼ਨ ਦੇ ਵਿੱਚ ਹੈ ਕਿ ਜੋ ਬੱਚੇ ਨੇ ਇੱਥੇ ਸਟੱਡੀ ਕੀਤੀ ਐ ਐਂਡ ਉਦੋਂ ਨੈਕਸਟ ਲੈਵਲ ਦੇ ਲਈ ਬੱਚਾ ਸਟੱਡੀ ਕਰਨ ਜਾ ਰਿਹਾ ਐ ਐਂਡ ਜੋ ਖਰਨ ਜਾ ਰਿਹਾ ਉਹਨੂੰ ਪੜਨ ਤੋਂ ਬਾਅਦ ਉਹਨੂੰ ਪਤਾ ਮੇਰਾ ਫਿਊਚਰ ਕੀ ਹੈਗਾ ਮੈਨੂੰ ਇਹਦੇ ਬੈਨੀਫਿਟ ਕਿਵੇਂ ਮਿਲਣਗੇ ਵੀਜ਼ਾ ਤਦ ਮਿਲੇਗਾ ਹੂੰ ਜਿਸ ਤਰ੍ਹਾਂ ਕਿ ਆਪਾਂ ਗੱਲ ਕਰ ਰਹੇ ਸੀ ਕਿਊਬਿਕ ਗਵਰਨਮੈਂਟ ਦੇ ਵੱਲੋਂ ਇੱਕ ਜਿਹੜੇ ਜਾਰੀ ਕੀਤੇ ਗਏ ਨੇ ਹੁਕਮ ਜਾਰੀ ਕੀਤੇ ਗਏ ਨੇ ਸਟੂਡੈਂਟਸ ਤੇ ਉਸ ਚੀਜ਼ ਦਾ ਅਸਰ ਕੀ ਪਏਗਾ ਦੇਖੋ ਜੀ ਜਿਹੜੀ ਨਿਊਜ਼ ਕੱਲ ਆਈ ਹੈਗੀ ਕਿਊਬਿਕ ਗਵਰਨਮੈਂਟ ਵੱਲੋਂ ਉਹਦਾ ਸਟੂਡੈਂਟਸ ਤੇ ਅਸਰ ਜਿਹੜਾ ਪੈਣਾ ਵਾ ਉਹ ਅਸਰ ਪੈਣਾ ਵਾ 20 ਕਿ ਜਿਹੜੇ ਵੀ ਬੱਚੇ ਚਾਵਨ ਹੈਗੇ ਆ ਕਿ ਆਪਾਂ ਕਯੂਬਿਕ ਜਾਣਾ ਚਾਹੁੰਦੇ ਆ ਮੌਂਟਰੀਅਲ ਜਾ ਕੇ ਪੜਨਾ ਚਾਹੁੰਦੇ ਹੈਗੇ ਆ 2 ਸਾਲ ਦਾ ਕੋਰਸ ਚਾਹੀਦਾ ਐਂਡ ਉਸ ਤੋਂ ਬਾਅਦ 3 ਸਾਲ ਦਾ ਸਾਨੂੰ ਵਰਕ ਪਰਮਿਟ ਚਾਹੀਦਾ ਐਂਡ ਜੋ ਬੱਚਿਆਂ ਦੀ ਡਿਮਾਂਡ ਹੁੰਦੀ ਹੈ ਕਿ ਸਾਨੂੰ ਕੋਲਿਜ ਉਹ ਦਿਓ ਜਿਹੜਾ ਤਿੰਨ ਜਾਂ ਚਾਰ ਦਿਨ ਲੱਗੇ ਕਿ ਸਾਨੂੰ ਫੁੱਲ ਟਾਈਮ ਸਟੱਡੀ ਨਾ ਕਰਨੀ ਪੈ ਜਾਵੇ ਐਂਡ ਪ੍ਰਾਇਓਰਿਟੀ ਬੱਚੇ ਉਹ ਕਰਦੇ ਆ ਕਿ ਸਾਨੂੰ हफ्ते जो दो तीन दिन पढ़ना पै जाए वीकएड क्लास लगे सो hmm. so जी चीजा पॉसीबल सियां दैट वॉज सिर्फ दे hmm. तो जोड़े बच्चे मोन्ट्रीअल जाना चाहते हैं अब जी न्यूज आई आबरा की जोड़ नहीं डरन की कोई लड़ नहीं क्योंकि यह जी पॉलिसी लागू होनी है सपितंबर दो हज़ार तेई तो लागू होनी है hmm. आप बैठे है कि जून दो हज़ार बई यानी कि अपने को सपतंबर दो हज़ार बई का इनटेक है जनवरी दो हज़ार तेई का इनटेक है मई दो हज़ार तेई hmm. का इनटेक है एंड सपितबर दो हज़ार तेई ਚਾਰ ਇੰਡੇਕ ਹਰ ਬੱਚੇ ਕੋ ਹ ਗਿਆ ਆਪਣਾ ਜਿਹੜੀ ਚੀਜ਼ਾਂ ਅੱਜ ਲੱਗਦਾ ਕਿ ਜਿਹੜੀ ਉਹ ਚੀਜ਼ਾਂ ਅੱਜ ਸਾਨੂੰ ਪੋਸੀਬਲ ਹੈਗੀਆਂ ਕੱਲ ਨੂੰ ਨਹੀਂ ਹੋਣਗੀਆਂ ਉਹਨਾਂ ਨੂੰ ਪੋਸੀਬਲ ਕਰਨ ਵਾਸਤੇ ਤੁਹਾਡੀ ਸੰਸਥਾ ਬਹੁਤ ਪੁਰਾਣੀ ਆਰਗੇਨਾਈਜੇਸ਼ਨ ਹੈ ਕਈ ਸਾਲਾਂ ਤੋਂ ਚੱਲ ਰਹੀ ਹੈ ਸਟੂਡੈਂਟਸ ਨੇ ਵਿਸ਼ਵਾਸ ਵੀ ਬਹੁਤ ਵਿਖਾਇਆ ਬਹੁਤ ਸਾਰੇ ਸਟੂਡੈਂਟਸ ਤੁਹਾਡੇ ਨਾਲ ਜੁੜੇ ਰਹੇ ਨੇ ਬਹੁਤ ਸਾਰੇ ਲੋਕ ਤੁਹਾਡੇ ਕੋਲੋਂ ਬਾਹਰ ਵੀ ਗਏ ਨੇ ਜਿਨ੍ਹਾਂ ਨੂੰ ਤੁਸੀਂ ਭੇਜਿਆ ਹੁਣ ਵੀ ਉਹਨਾਂ ਦੇ ਫੋਨ ਕਾਲਸ ਤੁਹਾਨੂੰ ਆਉਂਦੇ ਹੋਣਗੇ ਉਹ ਤਾਨੂੰ ਕੀ ਦੱਸਦੇ ਨੇ ਕਿ ਸਿਚੁਏਸ਼ਨਸ ਦਾ ਕਿੰਨਾ ਕੋ ਫਰਕ ਹੁੰਦਾ ਜਦੋਂ ਜਿਹੜੀਆਂ ਇੱਥੇ ਦੱਸੀਆਂ ਜਾਂਦੀਆਂ ਨੇ ਤੇ ਉੱਥੇ ਜਾ ਕੇ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਦੇਖੋ ਜੀ ਪ੍ਰਾਣੀ ਕਹਾਵਤ ਹੈ ਜਾ ਜਾ ਰਾ ਪਿਆ ਜਾਣੇ ਜਾ ਵਾ ਪਿਆ ਜਾਣੇ ਕਿ ਜਦੋਂ ਜਦ ਤੱਕ ਆਪਾਂ ਕਿਸੇ ਕੰਮ 'ਚ ਪਏ ਨਹੀਂ ਜਾਂ ਜਦ ਤੱਕ ਅਸੀਂ ਉੱਥੇ ਪਹੁੰਚੇ ਹੀ ਨਹੀਂ ਪ੍ਰੈਕਟੀਕਲ ਐਕਸਪੀਰੀਅੰਸ ਨਹੀਂ ਕੀਤਾ ਸਾਨੂੰ ਨੌਲੇਜ ਨਹੀਂ ਆਉਂਦੀ ਆਪਾਂ ਸਿੱਖਦੇ ਵੀ ਕੁਝ ਨਹੀਂ ਹੈਗਿਆ ਕਿਸੇ ਦੇ ਐਕਸਪੀਰੀਅੰਸ ਤੋਂ ਆਪਾਂ ਸਿੱਖ ਸਕਦੇ ਹੈਗਿਆ ਬਟ ਜਦ ਤੱਕ ਆਪਾਂ ਉਸ ਚੀਜ਼ ਨੂੰ ਆਪ ਐਕਸਪੀਰੀਅੰਸ ਨਾ ਕਰੀਏ ਆਪਾਂ ਉਹਨਾਂ ਨਹੀਂ ਸਿੱਖ ਸਕਦੇ ਜਿਸ ਕਰਕੇ ਜਦ ਤੱਕ ਬੱਚਾ ਉਥੇ ਪਹੁੰਚਦਾ ਨਹੀਂ ਜੋ ਕਰੰਟ ਹਾਲਾਤ ਹੈਗੇ ਆ ਜੋ ਸਿਚੁਏਸ਼ਨ ਹੈਗੀ ਆ ਡ੍ਰੀਮ ਹੁੰਦਾ ਹਰ ਬੱਚੇ ਦਾ ਕੈਨੇਡਾ ਜਾਣਾ ਹਮ ਸਟੱਡੀ ਕਰਨਾ ਸਟੱਡੀ ਤੋਂ ਬਾਅਦ ਵਰਕ ਪਰਮਿਟ ਲੈਣਾ ਤੇ ਪੱਕੇ ਹੋਣਾ ਮਾਰਕ ਉਦੋਂ ਖਾਂਦਾ ਬੱਚਾ ਸੁਪਨੇ ਟੁੱਟਦੇ ਉਦੋਂ ਹੈਗੇ ਆ ਜਦੋਂ ਆਪਾਂ ਐਕਸਪੈਕਟੇਸ਼ਨਸ ਨੂੰ ਬਹੁਤ ਜ਼ਿਆਦਾ ਵਧਾ ਲੈਂਦੇ ਹੈਗੇ ਆ ਦੁੱਖ ਉਦੋਂ ਹੁੰਦਾ ਜਦੋਂ ਉਮੀਦਾਂ ਟੁੱਟ ਜਾਂਦੀਆਂ ਆਪਾਂ ਕਿਹੇ ਬੰਦੇ ਕੋਲ ਐਕਸਪੈਕਟੇਸ਼ਨਸ ਕੀਤੀ ਹੁੰਦੀ ਹੈ ਐਂਡ ਜਦੋਂ ਉਹ ਪੂਰੀ ਨਾ ਹੋਵੇ ਉਦੋਂ ਉਮੀਦ ਬਹੁਤ ਜ਼ਿਆਦਾ ਟੁੱਟਦੀ ਹੈਗੀ ਆ ਸੇਮ ਸਟੋਰੀ ਹੈਗੀ ਹਰ ਇੱਕ ਸਟੂਡੈਂਟ ਦੀ ਜਿਹੜਾ ਵੀਜ਼ਾ ਅਪਲਾਈ ਕਰਦਾ ਕੈਨੇਡਾ ਸਭ ਨੂੰ ਪਤਾ ਜੀ ਬੱਚਾ ਇੱਕ ਵਾਰ ਅਪਲਾਈ ਕਰਦਾ ਦੋ ਵਾਰ ਕਰਦਾ ਚਾਰ ਵਾਰ ਕਰਦਾ ਬੱਚੇ ਬਾਰ ਬਾਰ ਅਪਲਾਈ ਕਰਦੇ ਹੈਗੇ ਜਿਹੜੇ ਵਿੱਚ ਦਾ ਵੀਜ਼ਾ ਇੱਕ ਵਾਰ ਰਿਫਿਊਜ਼ ਹੋ ਗਿਆ ਨਾ ਜਿਹੜੇ ਬੰਦੇ ਨੇ ਦੁਬਾਰਾ ਉਹਨੂੰ ਆਸ ਦਿਵਾਤੀ ਕਿ ਤੇਰਾ ਵੀਜ਼ਾ ਆ ਜਾਏਗਾ ਬੱਚਾ ਆਪਣੀ ਫਾਈਲ ਲੈ ਕੇ ਉੱਥੇ ਪਹੁੰਚ ਜਾਂਦਾ ਹਮ ਐਂਡ ਇਹ ਸਭ ਨੂੰ ਪਤਾ ਜਦੋਂ ਆਪਾਂ ਕੈਨੇਡਾ ਜਾਣਾ ਰੁਪਿਆ 16 17 18 ਲੱਖ ਰੁਪਿਆ ਖਰਚਾ ਆ ਜਾਂਦਾ ਇੱਕ ਸਾਲ ਦੀ ਫੀਸ ਸਾਲ ਦਾ ਰੈਂਟ ਦਾ ਖਰਚਾ ਜੀਆਈਸੀ ਤੱਕ ਪਾ ਕੇ ਹਮ ਹਰ ਬੰਦੇ ਕੋ ਹਰ ਮਾਪੇ ਕੋ ਇੰਨਾ ਪੈਸਾ ਨਹੀਂ ਹੁੰਦਾ ਕਿ ਬੱਚੇ ਦੇ ਉਪਰ ਇੰਨਾ ਪੈਸਾ ਇਨਵੈਸਟ ਕਰ ਦੇਵੇ ਹਮ ਕਈ ਲੋਕ ਤਾਂ ਅਸੀਂ ਦੇਖੇ ਆ ਜਿਹੜੇ ਕਰਜ਼ਾ ਚੱਕ ਕੇ ਬੱਚਿਆਂ ਨੂੰ ਬਾਹਰ ਭੇਜਦੇ ਆ ਗਿਆ ਵਿਆਜ ਤੇ ਪੈਸੇ ਚੱਕ ਕੇ ਬੱਚਿਆਂ ਦੇ ਪੈਸੇ ਇਨਵੈਸਟ ਕਰਦੇ ਆ ਐਂਡ ਜਦੋਂ ਵੀਜ਼ਾ ਰਿਫਿਊਜ਼ ਹੋ ਜਵੇ ਨਾ ਉਹ ਲੱਖਾਂ ਰੁਪਏ ਖਰਾਬ ਵੀ ਕਰ ਲੈਂਦੇ ਆ ਹਮ ਕਿਉਂਕਿ ਵਿਆਜੀ ਪੈਸਾ ਚੱਕਿਆ ਵੀ ਹੈਗਾ ਵਿਆਜ ਵੀ ਗਿਆ ਬੱਚਾ ਵੀ ਰਹਿ ਗਿਆ ਤੇ ਜਦੋਂ ਪੈਸੇ ਵਾਪਸ ਆਉਂਦੇ ਆ ਉਹ ਪੈਸੇ ਬਹੁਤ ਜ਼ਿਆਦਾ ਖਰਾਬ ਹੋ ਕੇ ਆਉਂਦੇ ਆ ਹਮ ਤੁਸੀਂ ਵੀਜ਼ਾ ਕੰਸਲਟੈਂਟੋਂ ਬਹੁਤ ਸਾਰੇ ਵੀਜ਼ੇ ਤੁਸੀਂ ਲਗਵਾਏ ਹੋਣੇ ਆ ਅੱਜ ਆਪਾਂ ਗੱਲ ਕਰ ਰਹੇ ਕਰ ਰਹੇ ਆ ਤਾਂ ਇਹ ਜਾਨਣਾ ਚਾਹਾਂਗੇ ਕਿ ਸਕਸੈਸ ਰੇਟ ਜਿਹੜੇ ਵੀਜ਼ਾਸ ਤੁਸੀਂ ਲਗਵਾਉਨੇ ਹੋ ਕਿੰਨਾ ਰਹਿੰਦਾ ਹੈ ਸਕਸੈਸ ਰੇਟ ਦੀ ਗੱਲ ਕਰ ਲਾ ਸਕਸੈਸ ਰੇਟ ਡਿਪੈਂਡ ਕਰਦਾ ਹਰ ਇੱਕ ਪ੍ਰੋਫਾਈਲ ਦੇ ਉੱਪਰ ਕਿ ਜੋ ਬੱਚੇ ਦੀ ਪ੍ਰੋਫਾਈਲ ਹੈ ਉਹ 10% 20% ਤੇ 50% 80% ਤੇ 90% ਡਿਪੈਂਡ ਕਰਦਾ ਉਹਦੀ ਪ੍ਰੋਫਾਈਲ ਦੇ ਉੱਪਰ ਉਹਦੀ ਅਕੈਡਮਿਕਸ ਦੇ ਉੱਪਰ ਆਈਐਸ ਦੇ ਉੱਪਰ ਤੇ ਫਾਈਲ ਦੀ ਪ੍ਰੈਜੈਂਟੇਸ਼ਨ ਦੇ ਉੱਪਰ ਐਜ਼ ਅ ਕੰਸਲਟੈਂਟ ਅਸੀਂ ਕਦੇ ਨਹੀਂ ਕਹਿ ਸਕਦੇ ਕਿ ਤੁਹਾਡੇ ਚਾਂਸਸ 80% ਆ 90% ਆ ਉਹ ਉਮੀਦ ਹੈ ਕਿ ਸਾਨੂੰ ਲੱਗਦਾ ਕਿ ਸ਼ਾਇਦ ਇੰਨੇ ਕੇ ਚਾਂਸਸ ਹੈ ਕਿ ਜਿਸ ਦੇ ਨਾਲ ਤੁਹਾਡਾ ਵੀਜ਼ਾ ਲੱਗ ਸਕਦਾ ਪ੍ਰੋਬੈਬਿਲਿਟੀ ਹਾਈ ਹੈ ਹਰ ਇੱਕ ਪ੍ਰੋਫਾਈਲ ਦੇ ਅਕੋਰਡਿੰਗ ਅਸੀਂ ਬੱਚੇ ਨੂੰ ਇਹ ਗਾਈਡ ਕਰਦੇ ਹਾਂ ਬਟ ਸ਼ਿਉਰਿਟੀ ਗਾਰੰਟੀ ਵਰਡ ਐਗਜ਼ਿਸਟ ਕਰਦਾ ਵੀ ਨਹੀਂ ਕਿਉਂਕਿ ਵੀਜ਼ਾ ਦੇਣਾ ਹਾਈ ਕਮਿਸ਼ਨ ਨੇ ਸਾਡੇ ਕੋਲ ਫਾਈਲ ਦੀ ਪ੍ਰੈਜੈਂਟੇਸ਼ਨ ਆ ਜਿਹੜੀ ਅਸੀਂ ਆਪਣੇ ਆਪ ਕਰ ਸਕਦੇ ਹਾਂ ਗਿਆ ਬੱਚੇ ਦੀ ਪ੍ਰੋਫਾਈਲ ਬਣਾ ਕੇ ਫਿਰ ਕੁਝ ਏਜੰਟਸ ਜਿਹਾ ਕਿਉਂ ਕਹਿੰਦੇ ਨੇ ਕਿ 100% ਵੀਜ਼ਾ మేబీ ਉਹ ਰੱਬ ਹੋਣਗੇ ਜਾਂ ਠੱਗ ਹੋਣਗੇ ਅਸੀਂ ਦੋਵਾਂ 'ਚ ਕੋਈ ਨਹੀਂ ਹੈਗੇ ਤੁਹਾਡੀ ਤੁਹਾਡੀ ਆਰਗੇਨਾਈਜੇਸ਼ਨ ਦੀ ਗੱਲ ਕਰਦੇ ਆ ਜਿਸ ਤਰ੍ਹਾਂ ਕਿ ਪਹਿਲਾਂ ਵੀ ਗੱਲ ਕੀਤੀ ਕਿ ਬਹੁਤ ਪੁਰਾਣੀ ਹੈ ਵਿਸ਼ਵਾਸ ਹਲੇ ਤੱਕ ਸਟੂਡੈਂਟਸ ਦਾ ਲੋਕਾਂ ਦਾ ਬਣਿਆ ਹੋਇਆ ਹੈ ਇਸ ਦੀ ਵਜ੍ਹਾ ਕੀ ਹੈ ਕਿ ਹੋਰ ਸਟੂਡੈਂਟਸ ਤੁਹਾਡੇ ਕੋਲ ਆਉਣ ਤੁਹਾਡੇ ਕੋਲ ਹੀ ਕਿਉਂ ਆਉਣ ਦੇਖੋ ਜੀ ESS ग्लोबल ਦੀ ਗੱਲ ਕਰਲਾਂ 18 ਸਾਲ ਦਾ ਐਕਸਪੀਰੀਅੰਸ ਦਾ ਜ਼ਰਬਾ ਹੈਗਾ ਕੰਪਨੀ ਨੂੰ ਸਟੂਡੈਂਟ ਰਿਕਾਇਰਮੈਂਟ ਦੇ ਵਿੱਚ 18 ਸਾਲ ਹੋ ਚੁੱਕੇ ਬੱਚਿਆਂ ਨੂੰ ਬਾਰ ਪੇਜਦੇ ਹੋਏ ਔਨ ਸਟੂਡੈਂਟ ਵੀਜ਼ਾ ਉਹ ਕਿ ਐਕਸਪੀਰੀਅੰਸ ਹੈ ਇੱਕ ਨੌਲੇਜ ਹੈ ਡੈਕੇਡਸ ਨਿਕਲ ਚੁੱਕੇ ਹੈਗੇ ਇਸੇ ਕੰਮ ਦੇ ਵਿੱਚ ਐਂਡ ਜਦ ਤੱਕ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਸੀਗੀ ਤੁਸੀਂ ਜਿੱਥੋਂ ਫਾਈਲ ਅਪਲਾਈ ਕਰ ਰਹੇ ਹੋ ਉਹ ਬੰਦੇ ਨੂੰ ਨੌਲੇਜ ਕਿੰਨੀ ਹੈ ਐਕਸਪੀਰੀਅੰਸ ਕਿੰਨਾ ਡਿਪੈਂਡ ਉਸ ਸੀਸ ਤੇ ਕਰਦਾ ਤੁਹਾਡੀ ਫਾਈਲ ਦੀ ਪ੍ਰੈਜੈਂਟੇਸ਼ਨ ਕਿਸ ਤਰੀਕੇ ਨਾਲ ਹੋਏਗੀ ਜਿਹੜੀ ਤੁਸੀਂ ਗੱਲ ਕੀਤੀ ਕਿ ਜੀ ਐੀਐਸਐਸ ਗਲੋਬਲ ਦਾ ਲੋਕਾਂ ਦਾ ਐੀਐਸਐਸ ਦੇ ਉੱਪਰ ਬਹੁਤ ਜ਼ਿਆਦਾ ਮਾਨਵੀ ਹੈਗਾ ਟਰਸਟ ਲੋਕੀ ਕਰਦੀ ਹੈ ਸਾਡੀ ਆਰਗੇਨਾਈਜੇਸ਼ਨ ਦੇ ਉੱਪਰ ਉਹਦਾ ਰਿਜ਼ਲਟ ਉਹਦਾ ਰੀਜ਼ਨ ਹੀ ਇੱਕੋ ਹੀ ਹੈ ਕਿ ਰਿਜ਼ਲਟ ਡਿਲੀਵਰ ਹੋਇਆ ਜੋ ਬੱਚਿਆਂ ਨੂੰ ਕਿਹਾ ਗਿਆ ਅਸੀਂ ਆਪਣੇ ਅਸੀਂ ਸਾਨੂੰ ਇਹ ਬਲੀਵ ਹੁੰਦਾ ਕਿ ਜੇ ਸਾਨੂੰ ਲੱਗੇ ਨਾ ਕਿ ਪ੍ਰੋਫਾਈਲ ਦੇ ਵਿੱਚ ਚਾਂਸਸ ਬামে 10% ਵੀਜ਼ਾ ਲੱਗਨਦੇ ਆ ਅਸੀਂ ਆਪਣਾ 100% ਉਸ ਕੇਸ ਦੇ ਵਿੱਚ ਲਾ ਦਿੰਨੇ ਆਗੇ ਆਫਰਟਸ ਦੇ ਵਿੱਚ ਕਿ ਸ਼ਾਇਦ ਜੇ ਸਾਨੂੰ ਉਮੀਦ 10% ਦੀ ਆ ਸ਼ਾਇਦ ਵੀਜ਼ਾ ਇਹਦਾ ਆ ਜਾਵੇ ਐਂਡ ਦੂਜੀ ਜਿਹੜੀ ਮੇਨ ਗੱਲ ਹੈ ਨਾ ਸਟੂਡੈਂਟਸ ਦਾ ਫਿਕਰ ਹੁੰਦਾ ਸਾਡੇ ਵਾਸਤੇ ਬੱਚੇ ਦੀ ਲਾਈਫ ਹੈ ਉਹਦੀ ਫਾਈਲ ਨਹੀਂ ਹੈ ਉਹਦੀ ਲਾਈਫ ਹੈ ਉਹਦਾ ਫਿਊਚਰ ਹੈ ਉਹਦਾ ਕੈਰੀਅਰ ਹੈ ਐਂਡ ਫਿਕਰ ਹੁੰਦਾ ਕਿ ਬੱਚਾ ਪੈਸੇ ਨਾ ਖਾਪ ਆਪਣੇ ਕਰ ਲਵੇ ਜਿਵੇਂ ਮੈਂ ਗੱਲ ਪਹਿਲਾਂ ਕੀਤੀ ਬੱਚਾ ਲੱਖੇ ਲੱਖਾਂ ਰੁਪਏ ਖਰਾਬ ਕਰ ਲੈਂਦਾ ਜੇ ਬੱਚੇ ਦਾ ਵੀਜ਼ਾ ਰਿਫਿਊਜ਼ ਹੋ ਜਵੇ। ईएसएस 'ਚ ਅਸੀਂ ਦਾਅਵੇ ਨਾਲ ਇਹ ਕਹਿ ਸਕਦੇ ਹਾਂ ਕਿ ਜੇ ਬੱਚਾ ईएसएस ਕੋਲੋਂ ਆਪਣਾ ਵੀਜ਼ਾ ਅਪਲਾਈ ਕਰਦਾ ਪਿਆ ਉਹਨੂੰ ਪੈਸੇ ਖਰਾਬ ਹੋਣ ਦਾ ਕੋਈ ਡਰ ਨਹੀਂ ਹੈਗਾ। ਜਿਸ ਤਰ੍ਹਾਂ ਕਿ ਤੁਸੀਂ ਆਪਾਂ ਗੱਲ ਕਰ ਰਹੇ ਆ ਵੀਜ਼ਾ ਏਜੰਟਸ ਦੀ ਵੀ ਗੱਲ ਕਰ ਰਹੇ ਆ ਤੁਸੀਂ ਕਹਿੰਿਆ ਕਿ ਸਹੀ ਨੌਲੇਜ ਹੋਣੀ ਚਾਹੀਦੀ ਹੈ। ਸਟੂਡੈਂਟਸ ਨੂੰ ਕਿਵੇਂ ਪਤਾ ਚੱਲੇਗਾ ਕਿ ਇਸ ਏਜੰਟ ਦੇ ਕੋਲ ਨੌਲੇਜ ਹੈ ਔਰ ਇਸਦੇ ਕੋਲ ਨਹੀਂ ਹੈ? ਇਹ ਸਹੀ ਹੈ, ਇਹ ਗਲਤ ਹੈ। ਇਸਦੇ ਕੋਲ ਮੈਨੂੰ ਜਾਣਨਾ ਚਾਹੀਦਾ ਹੈ ਔਰ ਇਸ ਬੰਦੇ ਦੇ ਕੋਲ ਮੈਨੂੰ ਨਹੀਂ ਜਾਣਨਾ ਚਾ ਅੱਜ ਦਾ ਜਿਹੜਾ ਯੋਗ ਹੈਗਾ ਨਾ ਉਹ ਟੈਕਨੀਕਲ ਯੋਗ ਹੈ ਫੇਸਬੁਕ ਗੂਗਲ ਇੰਸਟਾਗ੍ਰam ਹਰ ਬੰਦੇ ਦੇ ਫੋਨ ਦੇ ਵਿੱਚ ਹੈਗੇ ਆ ਅਪਡੇਟਸ ਜਿਹੜੀ ਵੀ ਆਉਂਦੀਆਂ ਨਵੀਆਂ ਆਉਂਦੀਆਂ ਉਹ ਜਦੋਂ ਰਿਲੀਜ਼ ਬਾਅਦ ਚੋਂ ਆਉਂਦੀਆਂ ਅਪਡੇਟਸ ਪਹਿਲਾਂ ਸੋਸ਼ਲ ਸਾਈਟਸ ਤੇ ਆ ਜਾਂਦੇ ਹੈਗੇ ਆ ਹੁਣ ਜਿਹੜੀ ਨਿਊਜ਼ ਕੱਲ ਆਈ ਹੈ ਆਪਾਂ ਅੱਜ ਬੈਠ ਕੇ ਉਹਦੇ ਬਾਰੇ ਗੱਲ ਕਰ ਰਹੇ ਆਂ ਐਂ ਮੈਨੂੰ ਪਤਾ ਨਹੀਂ ਕਿੰਨੇ ਕ ਲੋਕਾਂ ਨੇ ਨਿਊਜ਼ ਪੜ੍ਹੀ ਵੀ ਹੋਣੀ ਹੈ ਸੋ ਜਦੋਂ ਨਿਊਜ਼ ਆਉਂਦੀ ਹੈ ਤੁਹਾਨੂੰ ਅਪਗ੍ਰੇਡੇਸ਼ਨ ਦੇ ਨਾਲ-ਨਾਲ ਮਿਲ ਗਈ ਅਪਡੇਟਸ ਦੇ ਨਾਲ-ਨਾਲ ਮਿਲ ਗਏ నాలెడ్జ్ تک بچہ ਉਥੇ ਆਪ ਕਰ ਸਕਦਾ ਕਿ ਭਈ ਇਸ ਬੰਦੇ ਨੂੰ ਪਤਾ ਵੀ ਹੈਗਾ ਕਿ ਨਹੀਂ ਹੈਗਾ ਕਿ ਅਪਡੇਟਸ ਕੀ ਆਈਆਂ ਕਿ ਨਹੀਂ ਆਈਆਂ ਜ਼ਿਆਦਾਤਰ ਜੋ ਸਟੂਡੈਂਟਸ ਹੁੰਦੇ ਨੇ ਉਹਨਾਂ ਦਾ ਧਿਆਨ ਨਹੀਂ ਹੁੰਦਾ న్యూਸ ਦੇ ਵੱਲ ਕਿ ਆਹ ਚੀਜ਼ ਆਈ ਜੀ ਆ ਸਾਡੇ ਨਾਲ ਰਿਲੇਟ ਕਰਦੀ ਹੈ ਕਿਉਂਕਿ ਪਲੱਸ 2 ਵਾਲੇ ਸਟੂਡੈਂਟਸ ਤਾਂ ਬਹੁਤ ਛੋਟੇ ਹੁੰਦੇ ਨੇ ਉਹਨਾਂ ਨੂੰ ਇੰਨੀਆਂ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਉਹ ਜ਼ਿਆਦਾ ਡਿਪੈਂਡ ਹੁੰਦੇ ਨੇ ਉਹਨਾਂ ਦੇ ਪੇਰੈਂਟਸ ਤੇ ਜਾਂ ਉਹਨਾਂ ਦੇ ਗ੍ਰੈਂਡ ਪੇਰੈਂਟਸ ਤੇ ਜਾਂ ਉਹਨਾਂ ਦੇ ਕੇਅਰ ਟੇਕਰਸ ਤੇ ਔਰ ਉਹਨਾਂ ਦੇ ਪੇਰੈਂਟਸ ਗ੍ਰੈਂਡ ਪੇਰੈਂਟਸ ਇੰਨੀ ਆਪਾਂ ਕਹਿ ਸਕਦੇ ਹਾਂ ਕਿ ਇਨ੍ਹਾਂ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਹਰ ਇੱਕ ਚੀਜ਼ ਉਹਨਾਂ ਨੂੰ ਕਲੀਅਰ ਹੋਵੇ ਕਿ ਆ ਚੀਜ਼ ਆਈ ਹੈ ਆ ਇਨਫੋਰਮੇਸ਼ਨ ਸਹੀ ਹੈ ਆ ਇਨਫੋਰਮੇਸ਼ਨ ਇੱਥੋਂ ਕੱਢਣੀ ਹੈ ਇਸੇ ਕਰਕੇ ਤਾਂ ਕਹਿ ਰਹੀ ਹਾਂ ਕਿ ਜਦੋਂ ਕੋਈ ਨਿਊਜ਼ ਆਂਦੀ ਹੈ ਉਹ ਨਾਲ ਨਾਲ ਅਸੀਂ ਅਪਡੇਟ ਇਸੇ ਵੇਲੇ ਬੱਚਿਆਂ ਨੂੰ ਕਰ ਦਿੰਨੇਗੇ ਕਿਸੇ ਵੀ ਮਾਧਿਅਮ ਰਾਹੀਂ ਕਿ ਭਈ ਆ ਨਵਾਂ ਅਪਡੇਟ ਆ ਗਿਆ ਇਹ ਬੱਚਿਆਂ ਦੇ ਹਿੱਤ ਵਿੱਚ ਜਾਣਕਾਰੀ ਹੈਗੀ ਆ ਕਿ ਜਦੋਂ ਜਦੋਂ ਤੁਸੀਂ ਵੀਜ਼ਾ ਅਪਲਾਈ ਕਰਨਾ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ ਬਿਕਾਜ਼ ਸਾਨੂੰ ਵੀ ਪਤਾ ਕਿ ਮਾਪਿਓ ਜਿਹੜੇ ਹੈਗੇ ਆ ਉਹ ਕਈ ਵਾਰੀ ਮਾਪਿਓ ਜਿਹੜਾ ਹੁੰਦਾ smartphone ਯੂਜ਼ ਨਹੀਂ ਕਰਦਾ న్యూਸ ਚੈਨਲਸ ਦੇ ਉੱਪਰ ਜਾਂ ਅਖਬਾਰਾਂ ਦੇ ਉੱਪਰ ਜਿਹੜੀ ਆ ਇਮੀਗ੍ਰੇਸ਼ਨ ਦੀ ਅਪਡੇਟਸ ਆ ਉਹ cheti ਨਹੀਂ ਪੈਂਦੀਆਂ ਜਦ ਤੱਕ ਕੋਈ ਆਰਟੀਕਲ ਨਾ ਆਵੇ ਜਿਸ ਕਰਕੇ ਸਾਡੀ ਕੋਸ਼ਿਸ਼ ਕੀ ਹੁੰਦੀ ਹੈ ਕਿ ਜਦੋਂ ਵੀ ਕੋਈ ਅਪਡੇਟ ਆ ਗਈ ਆਪਾਂ ਉਸੇ ਲਈ ਭਾਵੇਂ ਲਾਈਵ ਆ ਜੀ ਹੈ ਭਾਵੇਂ ਕਿਸੇ ਰਿਕਾਰਡਿੰਗ ਦੇ ਵਿੱਚ ਆ ਕੇ ਕਿ ਨਾਲ-ਨਾਲ ਸਾਰੀ ਇਨਫੋਰਮੇਸ਼ਨ ਬੱਚਿਆਂ ਨੂੰ ਪਾਸ ਕਰਦੀ ਹੈ ਕੈਨੇਡਾ ਤੋਂ ਬਾਅਦ ਤੁਸੀਂ ਸੈਕੰਡ ਚੁਆਇਸ ਸਟੂਡੈਂਟਸ ਦੀ ਅਸਰੇ ਸੀ ਕਿ ਯੂਕੇ ਹੈ ਯੂਕੇ ਦੇ ਬਾਰੇ ਵੀ ਕੁਝ ਜਾਨਣਾ ਚਾਹਾਂਗੇ ਦੇਖੋ ਜੀ ਯੂਕੇ ਹਰ ਇੱਕ ਸਟੂਡੈਂਟ ਦੀ ਡੈਸਟੀਨੇਸ਼ਨ ਹੈਗੀ ਆ ਜਿਹੜੇ ਮੈਰਿਡ ਹੈਗੇ ਆ ਫੈਮਿਲੀ ਵਾਲੇ ਹੈਗੀ ਆ ਆਪਣੇ ਸਪਾਊਸ ਨਾਲ ਜਾਂ ਆਪਣੇ ਪਰਿਵਾਰ ਨਾਲ ਬਾਹਰ ਜਾਣਾ ਚਾਹੁੰਦੇ ਹੈਗੇ ਆ ਕਿਉਂਕਿ ਇਹ ਸਭ ਨੂੰ ਪਤਾ ਕੈਨੇਡਾ ਵਿੱਚ ਬੱਚਾ ਜੇ ਮੈਰਿਡ ਵੀ ਹੈਗਾ ਇਥੋਂ ਵਿਦ ਫੈਮਿਲੀ ਨਹੀਂ ਜਾ ਸਕਦਾ ਆਸਟ੍ਰੇਲੀਆ ਜੇ ਵੀ ਜਾ ਸਕਦਾ ਬਟ ਆਸਟ੍ਰੇਲੀਆ ਦਾ ਇਨਟੇਕ ਜਿਹੜਾ ਹੈਗਾ ਜੁਲਾਈ ਦਾ ਉਹ ਨਿਕਲ ਚੁੱਕਿਆ ਅਗਲਾ ਇਨਟੇਕ ਪਾਵੇਂ ਨਵੰਬਰ ਹੋਏਗਾ ਜਾਂ ਫਿਰ ਫ फेब्रुवारी ਦਾ ਹੋਏਗਾ ਸਪਟੈਂਬਰ 2022 ਇਨਟੇਕ ਯੂਕੇ ਦਾ ਹੈਗਾ ਕਿ ਜਿਹੜੇ ਬੱਚੇ ਮੈਰਿਡ ਹੈ ਗ੍ਰੈਜੂਏਸ਼ਨ ਕੀਤੀ ਆ ਆਲਸ ਓਵਰঅল 6 ਬੈਂਡ ਕਿਸੇ ਮੋਡਿਊਲ 5.5 ਬੈਂਡ ਕਿਸੇ ਮੋਡਿਊਲ ਦੇ 5.5 ਬੈਂਡ ਤੋਂ ਘੱਟ ਨਹੀਂ ਹੈਗੇ ਆ ਤੁਸੀਂ ਵਿਦ ਫੈਮਿਲੀ ਆਪਣਾ ਯੂਕੇ ਦਾ ਵੀਜ਼ਾ ਅਪਲਾਈ ਕਰ ਸਕਦੇ ਹੈਗੇ ਹੋ ਐਂਡ ਜੇ ਈਐਸਐਸ ਗਲੋਬਲ ਦਾ ਸਕਸੈਸ ਰੇਟ ਦੀ ਗੱਲ ਕਰ ਲਾਂ ਯੂਕੇ ਦੀ ਖਾਸ ਕਰਕੇ ਪਿਛਲੇ 2 ਸਾਲਾਂ 'ਚ ਮੈਨੂੰ ਯਾਦ ਵੀ ਨਹੀਂ ਕਿ ਸਾਡੀ ਕੋਈ ਰਿਜੈਕਸ਼ਨ ਵੀ ਹੈਗੀ ਹੈ ਤੇ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਜੋ ਲੋਕ ਮੈਰਿਡ ਨੇ ਉਹ ਆਪਣੀ ਫੈਮਿਲੀ ਦੇ ਨਾਲ ਉੱਥੇ ਸੈਟਲ ਹੋਣਾ ਚਾਹੁੰਦੇ ਨੇ ਜੇ ਉਹ ਸਟੂਡੈਂਟ ਵਾਂ ਕੇ ਜਾਂਦੇ ਨੇ ਉਹਨਾਂ ਦਾ ਸੋਰਸ ਆਫ ਇਨਕਮ ਉੱਥੇ ਕੀ ਹੋਏਗਾ ਫਿਰ ਕਿ ਉਹਨਾਂ ਨੂੰ ਕੰਮ ਮਿਲ ਪਾਏਗਾ ओके आफ्टर द ब्रेक्सिट ਜਦੋਂ ਦਾ ਯੂਕੇ ਤੋਂ ਯੂਰਪ ਵੱਖਰਾ ਹੋਇਆ 2020 ਦੇ ਐਂਡ 'ਚ 21 ਦੇ ਸਟਾਰਟਿੰਗ ਦੇ ਵਿੱਚ ਉੱਥੇ ਵੈਸੇ ਵੀ ਬਹੁਤ ਜ਼ਿਆਦਾ ਬੰਦਿਆਂ ਦੀ ਲੋੜ ਪੈ ਚੁੱਕੀ ਹੈ ਜਿਨ੍ਹਾਂ ਨੂੰ ਕੰਮ ਚਾਹੀਦਾ ਵੈ ਇਮਪਲॉयर्स ਕੰਮ ਵਾਸਤੇ ਬੰਦੇ ਲੱਭ ਰਹੇ ਹੈਗੇ ਆ ਸੋ ਜਿੰਨੇ ਵੀ ਸਟੂਡੈਂਟ ਹੋਂ ਤੱਕ ਜਾ ਚੁੱਕੇ ਆ ਕਿ ਇਹਦਾ ਇਹ ਫੋਨ ਨਹੀਂ ਆਇਆ ਕਿ ਇੱਥੇ ਕੰਮ ਦੀ ਕੋਈ ਕਮੀ ਵੀ ਹੈਗੀ ਹੈ ਹਰ ਬੱਚਾ ਇਹੀ ਕਹਿੰਦਾ ਜੀ ਜਦੋਂ ਤੇ ਆਪਾਂ ਆਏ ਆ ਸਾਨੂੰ ਆਪਣੀ ਨੌਕਰੀ ਮਿਲ ਗਈ ਹੈ ਐਂਡ ਆਪਾਂ ਵਧੀਆ ਇੱਥੇ ਆਪਣਾ ਸੈਟਲਮੈਂਟ ਲਈ ਬੈਠੇ ਹੈਗੇ ਆ ਇੱਕ ਚੀਜ਼ ਹੋਰ ਐਡ ਕਰਾਂਗਾ ਕਿ ਕਿਹੜੇ ਬੱਚਿਆਂ ਨੂੰ ਯੂਕੇ ਦਾ ਵੀਜ਼ਾ ਬਿਲ ਜਿਨ੍ਹਾਂ ਨੇ 12ਵੀਂ ਕੀਤੀ ਐਂਡ ਮੈਰਿਡ ਨੇ ਉਹ ਬੱਚੇ ਫੋਲ ਕੇ ਵੀ ਯੂਕੇ ਵਾਲੇ ਬੰਨੇ ਰੋਕ ਨਾ ਕਰਿਓ ਕਿਉਂਕਿ ਤੁਸੀਂ ਤਾਂ ਚਲੇ ਜਾਓਗੇ ਬਟ ਜਦੋਂ ਬੱਚਾ ਮੈਰਿਡ ਹੁੰਦਾ ਨਾ ਸੁਪਨਾ ਇਹੀ ਹੁੰਦਾ ਕਿ ਮੇਰਾ ਸਪਾਊਸ ਵੀ ਮੇਰੇ ਨਾਲ ਆ ਜਵੇ 12ਵੀਂ ਬੇਸ ਤੇ ਯੂਕੇ ਦਾ ਸਪਾਊਸ ਵੀਜ਼ਾ ਨਹੀਂ ਲੱਗਦਾ ਐਂਡ ਜੇ ਤੁਹਾਨੂੰ ਲੱਗਦਾ ਕਿ ਤੁਸੀਂ 12ਵੀਂ ਕਰ ਲਈ ਐ ਤੁਹਾਡਾ ਸਪਾਊਸ ਮਗਰੋਂ ਵਿਸਟਰ ਵੀਜ਼ਾ ਤੇ ਆ ਜਾਏਗਾ ਉਹ ਸਿਰਫ ਚਾਂਸਸ ਐ ਸਪਾਊਸ ਦੇ ਬਹੁਤ ਘੱਟ ਚਾਂਸਸ ਹੁੰਦੇ ਆ ਯੂਕੇ ਦੇ ਟੂਰਿਸਟ ਲੱਗਣ ਦੇ ਮੈਂ ਨਹੀਂ ਕਹਿੰਦਾ ਨਹੀਂ ਮਿਲਦਾ ਬਟ ਚਾਂਸਸ ਬਹੁਤ ਘੱਟ ਹੁੰਦੇ ਆ ਟੂਰਿਸਟ ਲੱਗਣ ਦੇ ਐਕਚੁਅਲ ਰਿਐਲਿਟੀ ਇਹ ਹੈ ਕਿ ਜਦੋਂ ਤੁਸੀਂ ਆਪਣੀ ਡਿਗਰੀ ਪੂਰੀ ਕਰ ਲੋਗੇ ਐਂਡ ਮਾਸਟਰਸ ਵਿੱਚ ਦਾਖਲਾ ਲੈ ਲੋਗੇ ਉਸ ਦਿਨ ਤੁਹਾਡਾ ਸਪਾਊਸ ਹੈਗਾ ਥੈਟ ਇਜ਼ 3 ਸਾਲ ਬਾਅਦ ਸੋ ਮੈਂ ਹਰ ਸਟੂਡੈਂਟ ਨੂੰ ਕਹਿਣਾ ਜਾਵਾਂਗਾ ਜਿਨ੍ਹਾਂ ਨੇ 12ਵੀਂ ਕੀਤੀ ਐਂਡ ਮੈਰਿਡ ਉਹ ਬਿਲਕੁਲ ਯੂਕੇ ਵਾਲੇ ਬੰਨੇ ਰੋਕਣਾ ਕਰਿਓ ਮਤਲਬ ਇੱਕ ਇਹ ਵੀ ਕਹ ਸਕਦੇ ਆ ਕਿ ਯੂਕੇ ਦਾ ਇੱਕ ਡਰੋ ਬੈਕ ਹੈ ਸਟੂਡੈਂਟਸ ਦੇ ਲਈ ਜੋ ਪਲੱਸ 2 ਦੇ ਨੇ ਉਹਨਾਂ ਨੂੰ 3 ਇਅਰਸ ਆਪਣੇ ਸਪਾਊਸ ਦੇ ਲਈ ਵੇਟ ਕਰਨਾ ਪਏਗਾ ਜਾਂ ਫਿਰ ਉਹ ਆਪਣੀ ਗ੍ਰੈਜੂਏਸ਼ਨ ਤੋਂ ਬਾਅਦ ਉਧਰ ਲਈ ਅਪਲਾਈ ਕਰ ਸਕਦੇ ਆ ਹਾਂਜੀ ਬਿਕੋਜ਼ ਇਹ ਯੂਕੇ ਦਾ ਲਾਅ ਹੈ ਕਿ ਜਦ ਤੱਕ ਤੁਹਾਡਾ ਦਾਖਲਾ ਮਾਸਟਰਸ ਡਿਗਰੀ 'ਚ ਨਹੀਂ ਹੋਇਆ ਤੋ ਤੁਹਾਡਾ ਸਪਾਊਸ ਨਾਲ ਉੱਥੇ ਨਹੀਂ ਜਾ ਸਕਦਾ ਸੋ ਜੇ 12ਵੀਂ ਕੀਤੀ ਹੈ ਬੱਚਾ ਅਪਲਾਈ ਕਰੇਗਾ ਬੈਚਲਰ ਡਿਗਰੀ ਵਾਸਤੇ ਸੋ ਬੈਚਲਰ ਡਿਗਰੀ ਵਾਸਤੇ ਸਪਾਊਸ ਨਾਲ ਨਹੀਂ ਜਾ ਸਕਦਾ ਸਪਾਊਸ ਤਦ ਨਾਲ ਜਾਊਗਾ ਜੇ ਤੁਸੀਂ ਇੱਥੋਂ ਮਵੇਂ ਬੈਚਲਰਸ ਕੀਤੀ ਹੈ ਮਾਸਟਰਸ ਵਿੱਚ ਅਪਲਾਈ ਕਰ ਰਹੇ ਹੋ ਭਾਵੇਂ ਉੱਥੇ ਜਾ ਕੇ ਬੈਚਲਰਸ ਪੂਰੀ ਕਰ ਲਈ ਹੈ ਐਂਡ ਮਾਸਟਰਸ ਦਾਖਲਾ ਲੈ ਲਿਆ ਹੈਗਾ ਕੈਨੇਡਾ ਦੀ ਤਰ੍ਹਾਂ ਯੂਕੇ ਦੇ ਵੀ ਬੈਂਡ ਰਿਕੁਆਇਰਮੈਂਟ ਬਦਲਦੀ ਹੈ ਜੇ ਪਲੱਸ 2 ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਆਈਟੀ ਸੈਕਟਰ ਜਾਂ ਕੁਝ ਹੋਰ ਸੈਕਟਰ ਆਗੇ ਜਾਂ ਫਿਰ ਸੇਮ ਹੀ ਰਹਿੰਦੀ ਹੈ ਯੂਕੇ ਦੇ ਵਿੱਚ ਜਿਹੜੀ ਮਿਨੀਮਮ ਬੈਂਡਸ ਦੀ ਰਿਕੁਆਇਰਮੈਂਟ ਹੈ ਦੈਟ ਇਜ਼ ਬੇ 2 ਲੈਵਲ ਆ 5.5 ਈਚ ਇਜ਼ ਦਾ ਮਿਨੀਮਮ ਰਿਕੁਆਇਰਮੈਂਟ ਬਟ ਅਸੀਂ ਹਮੇਸ਼ਾ ਬੱਚਿਆਂ ਨੂੰ ਇਹ ਕਹਿੰਨੇ ਆ ਕਿ ਮਿਨੀਮਮ 6 ਓਵਰਆਲ ਨਾਟ ਲੈਸ ਦਨ 5.5 ਨਾਲ ਅਪਲਾਈ ਕਰੋ ਭਾਵੇਂ ਤੁਸੀਂ 12ਵੀਂ ਕੀਤੀ ਆ ਭਾਵੇਂ ਗ੍ਰੈਜੂਏਸ਼ਨ ਕੀਤੀ ਆ ਬੈਂਡ ਰਿਕੁਆਇਰਮੈਂਟ ਇਹੀ ਆ 6 ਬੈਂਡ ਓਵਰਆਲ ਚਾਹੀਦੇ ਆ ਕਿ 5.5 ਬੈਂਡ ਤੋਂ ਘੱਟ ਕਿਸੇ ਮੋਡਿਊਲ 'ਚ ਨਾ ਹੋਣ ਆਮ ਲੋਕਾਂ ਨੂੰ ਕੁਝ ਅਜੀਹਾ ਹੈ ਅਜੀਹਾ ਬਿਲਕੁਲ ਨਹੀਂ ਹੈਗਾ ਕਿ ਜੇ ਇਹ ਕਨਫਿਊਜ਼ਨ ਹੁੰਦੀ ਕਿ ਕੰਮ ਕਟ ਮਿਲਦਾ ਮੈਂ ਯੂਕੇ ਬਾਰੇ ਇੱਕ ਚੀਜ਼ ਦੱਸ ਦਿੰਨਾ 2019 ਅਕਤੂਬਰ ਚ ਦੁਬਾਰਾ ਲਾ ਪਾਸ ਹੋਇਆ ਸੀਗਾ ਪੋਸਟ ਸਟਡੀ ਵਰਕ ਪਰਮਿਟ ਦਾ ਜਿਹੜਾ ਯੂਕੇ ਚ ਇੰਪਲੀਮੈਂਟ ਹੋਇਆ 2019 ਵਿੱਚ ਜਦੋਂ ਸਰਕਾਰ ਨੇ ਦੁਬਾਰਾ ਲਾ ਪਾਸ ਕੀਤਾ ਸੀਗਾ ਸਰਕਾਰ ਨੇ ਇੱਕ ਟੀਚਾ ਲਿਆ ਸੀਗਾ ਕਿ ਨੈਕਸਟ 10 ਸਾਲਾਂ ਚ 2030 ਤੱਕ ਸਾਨੂੰ ਯੂਕੇ ਦੇ ਵਿੱਚ 6 ਲੱਖ ਇੰਟਰਨੈਸ਼ਨਲ ਸਟੂਡੈਂਟ ਚਾਹੀਦਾ ਆਪਾਂ 2022 ਚ ਬੈਠੇ ਆਂ ਐਂਡ ਜੂਨ ਦਾ ਮਹੀਨਾ ਚੱਲਦਾ ਪਿਆ ਮਾਰਚ ਜਾਂ ਅਪ੍ਰੈਲ 2022 ਚ ਇਹ ਨਿਊਜ਼ ਆ ਗਈ ਸੀ ਕਿ ਜਿਹੜਾ 6 ਲੱਖ ਦਾ ਟਾਰਗੇਟ ਸੀਗਾ ਯੂਕੇ ਗਵਰਨਮੈਂਟ ਦਾ ਇੰਟਰਨੈਸ਼ਨਲ ਸਟੂਡੈਂਟਸ ਦਾ ਉਹ ਉਹ ਆਲਰੇਡੀ ਅਚੀਵ ਕਰ ਚੁੱਕੇ ਆ ਦੋਵਾਂ ਸਾਲਾਂ ਦੇ ਵਿੱਚ ਵਿੱਚ ਤੇ ਜੇ ਕਿਤੇ ਇਸ ਗੱਲ ਦੀ ਸੱਚਾਈ 0% ਵੀ ਹੁੰਦੀ ਨਾ ਕਿ ਉੱਥੇ ਕੰਮ ਨਹੀਂ ਮਿਲਦਾ ਇੰਨਾ ਬੱਚਾ ਸ਼ਾਇਦ ਸਟੂਡੈਂਟ ਕਦੇ ਵੀ ਨਹੀਂ ਜਾਂਦਾ ਯੂਕੇ ਖਾਸ ਕਰਕੇ ਅਖੀਰ ਤੇ ਸਟੂਡੈਂਟਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਖੀਰ ਚ ਇਹਹੀ ਮੈਸੇਜ ਦੇਣਾ ਚਾਹਾਂਗਾ ਹਰ ਇੱਕ ਸਟੂਡੈਂਟ ਨੂੰ ਜਿਹੜਾ ਵੀਜ਼ਾ ਅਪਲਾਈ ਕਰਨਾ ਚਾਹੁੰਦਾ ਪਾਵੇਂ ਕੈਨੇਡਾ ਪਾਵੇਂ ਆਸਟ੍ਰੇਲੀਆ ਪਾਵੇਂ ਯੂਕੇ ਜਿੱਥੋਂ ਵੀ ਅਪਲਾਈ ਕਰ ਰਹੇ ਹੋ ਇਹ ਜ਼ਰੂਰ ਦੇਖੋ ਜੀ ਕਿ ਤੁਹਾਨੂੰ ਪ੍ਰੋਪਰ ਅਪਡੇਟ ਮਿਲਦੀ ਪਈ ਆ ਨੌਲੇਜ ਉਸ ਕੰਸਲਟੈਂਟ ਨੂੰ ਹੈਗੀ ਹੈ ਕਿ ਨਹੀਂ ਹੈਗੀ ਹੈ ਕਿ ਹੁਣ ਹੁੰਦਾ ਕੀ ਪਿਆ ਆਉਣ ਵਾਲੇ 6 ਮਹੀਨੇ ਬਾਅਦ ਉਸ ਕੰਟਰੀ ਦਾ ਪਵਿੱਖਿਆ ਕੀ ਹੈਗਾ ਜਾਂ ਆਉਣ ਵਾਲੇ 6 ਮਹੀਨੇ ਬਾਅਦ ਕਹਿਓ ਜੀ ਰੂਲਸ ਚੇਂਜ ਹੋਣ ਵਾਲੇ ਆ ਕਿ ਜਿਹਨੂੰ ਗਾਂ ਦਾ ਪਤਾ ਹੋਵੇ ਫਿਊਚਰ ਦਾ ਪਤਾ ਹੋਵੇ ਤਾਂ ਉਹਨੂੰ ਗਾਈਡ ਤਾਂ ਉਹੀ ਕਰ ਪਾਏਗਾ ਜੀ ਬਹੁਤ ਬਹੁਤ ਸ਼ੁਕਰੀਆ ਵਿਕਰਮਜੀਤ ਜੀ ਤੁਹਾਡਾ ਤੇ ਸੰਸਾਰ ਨਾਲ ਵਿਕਰਮਜੀਤ ਸਿੰਘ ਈਐਸਐਸ ਗਲੋਬਲ ਤੋਂ ਜਿਨ੍ਹਾਂ ਨੇ ਦੱਸਿਆ ਕਿ ਜੋ ਸਟੂਡੈਂਟਸ ਕੈਨੇਡਾ ਜਾਣਾ ਚਾਹੁੰਦੇ ਨੇ ਯੂਕੇ ਜਾਣਾ ਚਾਹੁੰਦੇ ਨੇ ਉਹਨਾਂ ਲਈ ਕਿਹੜੀਆਂ-ਕਿਹੜੀਆਂ ਸੰਭਾਵਨਾਵਾਂ ਨੇ ਤੇ ਕਿਉਂਕਿ ਕਮੇਟੇ ਵੱਲੋਂ ਜੋ ਹੁਕਮ ਨੇ ਉਹ ਦਿੱਤੇ ਗਏ ਨੇ ਉਹ ਸਭ ਦਾ ਸਟੂਡੈਂਟਸ ਤੇ ਕੀ ਅਸਰ ਪਏਗਾ ਵਰਕ ਪਰਮਿਟ ਤੇ ਕੀ ਅਸਰ ਪਏਗਾ ਜੋ ਲੋਕ ਕੈਨੇਡਾ ਜਾਣਾ ਚਾਹੁੰਦੇ ਨੇ ਯੂਕੇ ਜਾਣਾ ਚਾਹੁੰਦੇ ਨੇ ਉਹ ਇਹਨਾਂ ਦੇ ਨਾਲ ਸੰਪਰਕ ਸੱਤ ਸਕਦੇ ਨੇ ਫਿਲਹਾਲ ਅੱਜ ਦੇ ਲਈ ਇੰਨਾ ਹੀ ਤੁਸੀਂ ਬਣੇ ਰਹੋ ਸਾਡੇ ਨਾਲ ਧੰਨਵਾਦ